ਆਲੇ ਜ਼ਲੀਆ ਕੀ ਨੀ ਤਾਰੋ ਆ ਜਾ ਮੇਰੀ ਬਹਿਣ ਆ ਗਈ ਕੋਈ ਨਹੀਂ ਬੈਠੀ ਹੂੰ ਨੀ ਮੇਰੀ ਅੰਮਾ ਆ ਜਾਈ ਕਿਵੇਂ ਬਹਿਣਾ ਠੀਕ ਹੈ ਹੋ ਠੀਕ ਰਾਮ ਰਾਮ ਬਹਿਣਾ ਹੋ ਠੀਕ ਇਹ ਆ ਵੀ ਜਿਹੜੀ ਆ ਤਾਰੋ ਵਾਲੀ ਗੱਲ ਆ ਸਾਰੇ ਪਿੰਡ ਨਹੀਂ ਪਤਾ ਵੀ ਸੋਡਾ ਮੁੰਡਾ ਕੀ ਗੁਰਸ਼ਰਲੇ ਡਾਉਂਦਾ ਫਿਰਦਾ ਤੂੰ ਮੇਰੀ ਗੱਲ ਸੁਣਾ ਇੱਥੇ ਪੰਚਾਇਤ ਲਿਆ ਕੇ ਸਬੂਤ ਦੇ ਮੈਨੂੰ ਸਜ਼ਾ ਉਹਨੂੰ ਦੇਵਾਂਗਾ ਬਰਾਬਰ ਮੈਂ ਚੱਲ ਕੋਈ ਨਾ ਸਰਪੰਚਾ ਸਬੂਤ ਵੀ ਲਿਆ ਕੇ ਦੇਵਾਂਗਾ ਫੇਰ ਹੀ ਕਰੂੰਗਾ ਗੱਲ ਹੁਣ ਮੈਂ ਤੇਰੇ ਨਾਲ ਕੋਈ ਨਹੀਂ ਲਿਆਈ ਸਬੂਤ ਠੀਕ ਆ ਪੰਚਾਇਤ ਸਹੀ ਫੈਸਲਾ ਹੈ ਹਾਂਜੀ ਹਾਂਜੀ ਸਹੀ ਫੈਸਲਾ ਜੀ ਤਾਰਾ ਤੂੰ ਕੀ ਹੋ ਗਿਆ ਪੁੱਤ ਆ ਦੇਖ ਲੈ ਤੇਰੇ ਲਾੜਲੇ ਨੇ ਕੀ ਕਰਤੂਤ ਕੀਤੀ ਆ ਮੈਂ ਕੀ ਕਰਤੂਤ ਕਰਤੀ ਉੱਥੇ ਗੱਡੀਆਂ ਇਹਨਾਂ ਖੇ ਖਾਂਦਾ ਫਿਰਦਾਗਾ ਤੂੰ ਮੈਂ ਤਾਰਾ ਰੱਬੇ ਕੋਲ ਸਰਦਾਰ ਕੌਣ ਖੜਾਈ ਇਹ ਤੇ ਉਹੀ ਸਰਦਾਰ ਹੀ ਇਹ ਨਹੀਂ ਆਪਣੀ ਹਰਕਤ ਦਬਾਜ ਨੇ ਮੈਨੂੰ ਲੱਗਦਾ ਇਹ ਲੱਤ ਵੱਢਣੀ ਪੈਣੀ ਹੈ ਕਾਲਾ ਸਿੱਧੂ ਪ੍ਰੈਜ਼ੈਂਟ ਅਰੇ ਤੂੰ ਇੱਥੇ ਕੀ ਕਰਦੀ ਏ ਤੇ ਕਰੋ ਤੇ ਤੂੰ ਪਾਣੀ ਨੂੰ ਕਿਹ ਕੇ ਆਈ ਸੀ ਮੈਂ ਪਾਣੀ ਲੈਣ ਜਾਂਦੀ ਸੀ ਵੀਰੇ ਪਾਣੀ ਨਾਲ ਤੈਨੂੰ ਮੈਂ ਘਰ ਜਾ ਕੇ ਵੇਖਦਾ ਸਰਦਾਰ ਤੂੰ ਚਲਾ ਜਾ ਇੱਥੋਂ ਹੁਣ ਤੇ ਤੂੰ ਚੱਲ ਤੈਨੂੰ ਮੈਂ ਦੱਸਦਾ ਕਰ ਜਾ ਕਿ ਤੂੰ ਇੱਥੇ ਸਾਡੀ ਬੇਇੱਜ਼ਤੀ ਕਰਵਾਉਣ ਡਈ ਏ ਨਹੀਂ ਵੀਰੇ ਮੈਂ ਤੇ ਪਾਣੀ ਲੈਣ ਜਾਂਦੀ ਸੀ ਉਹ ਤੇ ਸਰਦਾਰ ਨੇ ਗੱਲ ਹੀ ਲਾ ਲਾ ਕੋਈ ਵਧੀਆ ਜਿਹਾ ਮੁੰਡਾ ਵੇਖ ਕੇ ਤਰਾ ਮੈਂ ਵਿਆਹ ਕਰ ਸੁੱਟਣ ਆਈ ਬਿੱਲੇ ਵੀਰ ਮੇਰੀ ਕੋਈ ਗਲਤੀ ਨਹੀਂ ਹੈ ਤੂੰ ਉੱਥੇ ਖੜੀ ਕੀ ਕਰਦੀ ਸੀ ਫਿਰ ਮਾਮਾ ਲੱਗਦਾ ਇਧਰ ਉਹਦੇ ਕੋਲ ਖੜੀ ਸੀ ਤੂੰ ਪਾਣੀ ਲੈਣ ਕਿਸੇ ਤੇ ਪਾਣੀ ਲੈ ਕੇ ਆ ਜਾਂਦੀ ਉਹਨਾਂ ਨੇ ਮੈਨੂੰ ਬੁਲਾ ਲਿਆ ਤੇ ਮੈਂ ਖੜ ਗਈ ਹਾਂ ਮੈਂ ਠੀਕ ਤਾਂ ਹੁਣ ਜੁੱਤੀ ਰਲਾਂ ਤੇ ਤੇਰੇ ਸਿਰੇ ਸਿਰ ਕੁੱਟਾਂ ਸਾਡੀ ਬੇਇੱਜ਼ਤੀ ਕਰਵਾਈ ਨੇ ਸਾਰੇ ਕਬੀਲੇ ਦੀ ਤੂੰ ਕੀ ਹੋਇਆ ਹੈ ਕਿਉਂ ਕਰਦੇ ਪਏ ਹੋ ਪੁੱਛੇ ਨੂੰ ਕਿਤੇ ਖੇ ਖਾ ਗਈ ਹੈ ਕੀ ਹੋਇਆ ਹੈ ਗਰਗੇ ਜਨੇ ਪਾਣੀ ਲੈਣ ਜਾਣਾ ਉੱਤੇ ਖੇ ਖਾਂਦੀ ਫਿਰਦੀ ਹੈ ਸਰਦਾਰ ਨਾਲ ਕੋਈ ਗੱਲ ਨਹੀਂ ਜਵਾਕ ਤੋਂ ਗਲਤੀ ਹੋ ਹੀ ਜਾਂਦੀ ਹੈ ਜੀ ਕਰਦੇ ਸਰੀ ਸਰ ਤੁਸੀਂ ਰਹਿਣ ਦੋ ਕੋਈ ਗੱਲ ਨਹੀਂ ਜਾਓ ਇਹਨੂੰ ਸਮਝਾ ਦੇਣ ਪੈਰ ਵਾਰ ਨਾ ਰੱਖੇ ਕਬੀਲੇ ਕੋਈ ਗੱਲ ਨਹੀਂ ਮੈਂ ਸਮਝਾ ਦਨੀ ਹੈਗੀ ਮੇਰਾ ਕੋਈ ਕਸੂਰ ਤਾਰੋ ਚੁੱਪ ਕਰ ਤੂੰ ਹਾਂ ਕਸੂਰ ਨਹੀਂ ਹੈ ਹੋਰ ਕੀ ਕਸੂਰ ਹੈ ਮੇਰਾ ਕੋਈ ਗੱਲ ਨਹੀਂ ਐਵੇਂ ਕਿਉਂ ਕਰਦੇ ਹੋਗੇ ਨਾ ਬੋਲੀ ਜਾਓ ਸਮਝਾ ਦਾਂਗੀ ਮੈਂ ਬਹਿ ਜਾਗੀ ਟਿਕ ਕੇ ਉੱਥੇ ਸਰਦਾਰ ਨਾਲ ਖੇ ਗਾਂਦੀ ਸਾਰੇ ਕਬੀਲੇ ਦੀ ਬੇਇੱਜ਼ਤੀ ਕਰਨ ਲੱਗੀ ਹੋਇਆ ਕੀ ਹੈ ਗੱਲ ਤਾਂ ਦੱਸੋ ਓਏ ਹੋਇਆ ਕੀ ਪਾਣੀ ਦਾ ਬਹਾਨਾ ਲਾ ਕੇ ਤੇ ਸਰਦਾਰ ਕੋਲ ਖੜੀ ਹੈ ਉੱਥੇ ਜੱਤ ਬਾਈ ਨਹੀਂ ਸਭ ਬਾਤ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਮੈਂ ਸਮਝਾ ਦਾਂਗੀ ਕੋਈ ਗੱਲ ਨਹੀਂ ਤੁਸੀਂ ਇਦਾਂ ਨਾ ਬੋਲੋ ਜਵਾਕੜੀ ਹੈ ਕੋਈ ਨਾ ਮੈਨੂੰ ਚਲੋ ਵੱਟ ਸੁੱਟਣਾ ਜੀ ਦੁਬਾਰਾ ਸਰਦਾਰ ਨਾਲ ਦੱਸ ਕੀ ਦੇ ਕੋਈ ਗੱਲ ਨਹੀਂ ਤੁਸੀਂ ਇੰਨਾ ਨਾ ਬੋਲੋ ਮੈਂ ਸਮਝਾ ਦੇਣੀ ਆ ਜਵਾਕੜੀ ਹੈ ਚੇ ਮੁੰਡਾ ਵੇਖ ਕੇ ਦੀ ਮੈਂ ਸ਼ਾਦੀ ਕਰ ਦੇਣੀ ਹੈ ਕੋਈ ਗੱਲ ਨਹੀਂ ਕਰ ਦਾਂਗੇ ਸ਼ਾਦੀ ਵੀ ਹਾਂ ਕਰ ਦਾਂਗੇ ਬਸ ਮੈਂ ਲੜਕਾ ਦੇਖ ਲਾ ਹੁਣ ਕਰ ਦੇਣੀ ਜਲਦੀ ਇਹਨੂੰ ਮੈਂ ਘਰ ਕੋਈ ਨਹੀਂ ਰੱਖਣਾ ਹੁਣ ਬਸ ਕਰੋ ਕਿਉਂ ਬੋਲੀ ਜਾਂਦੇ ਹੋ ਮੈਂ ਸਮਝਾ ਦਾਂਗੀ ਕੋਈ ਗੱਲ ਨਹੀਂ ਮੈਂ ਸਮਝਾ ਦਾਂਗੀ ਤਾਰੋ ਚੁੱਪ ਕਰ ਤੂੰ ਕੋਈ ਪਾਣੀ ਨਹੀਂ ਮੈਂ ਆਪੇ ਲੈ ਆਵਾਂਗੀ ਹਾਂ ਲੈ ਆਵਾਂਗੀ ਆਪੇ ਤੂੰ ਤੇ ਕੋਈ ਗੱਲ ਨਹੀਂ ਨਾ ਬੋਲੋ ਤਾਰੋ ਚੁੱਪ ਕਰ ਤੂੰ ਚੁੱਪ ਕਰ ਕੋਈ ਗੱਲ ਨਹੀਂ ਤਾਰੋ ਚੁੱਪ ਕਰ ਸਭ ਬੋਲੀ ਜਾਂਦੇ ਅਗੇ ਚੁੱਪ ਕਰ ਤਾਰੋ ਚੁੱਪ ਕਰ ਤਾਰੋ ਚੁੱਪ ਸਭ ਬਾਬੀ ਬਿੱਲੇ ਵੀਰ ਨੂੰ ਵਹਿਮ ਹੋ ਗਿਆ ਇਹੋ ਜਿਹਾ ਕੁਝ ਵੀ ਨਹੀਂ ਹੈ ਤਾਰੋ ਚੁੱਪ ਕਰ ਤੂੰ ਉਹ ਤਾਂ ਐਵੇਂ ਬੋਲਦੇ ਰਹਿੰਦੇ ਨੇ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਦਾਂਗੀ ਉਹਨਾਂ ਨੂੰ ਤੂੰ ਚੁੱਪ ਕਰ ਤਾਰੋ ਸਭ ਬਾਬੀ ਵੀਰੇ ਨੇ ਮੈਨੂੰ ਸਾਰੇ ਦਾ ਬੜਾ ਹੀ ਮਾਰਿਆ ਤੇਰੇ ਵੀਰੇ ਤਾਂ ਐਵੇਂ ਬੋਲਦਾ ਰਹਿੰਦਾ ਮੈਂ ਆਪੇ ਸਮਝਾ ਦਾਂਗੀ ਉਹਨਾਂ ਨੂੰ ਕੋਈ ਵਹਿਮ ਹੋ ਗਿਆ ਹੋਣਾ ਤਾਰੋ ਚੁੱਪ ਕਰਨਾ ਹਾਂਜੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਹਾਂ ਇੱਕ ਐਪ ਬਾਰੇ ਜਿਸ ਰਾਹੀਂ ਤੁਸੀਂ ਵਧੀਆ ਅਰਨਿੰਗ ਕਰ ਸਕਦੇ ਹੋ ਅਤੇ ਬਹੁਤ ਹੀ ਭਰੋਸੇਮੰਦ ਐਪ ਹੈ ਇਸ ਨੂੰ ਡਾਊਨਲੋਡ ਕਰਨ ਲਈ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਦਾ ਲਿੰਕ ਵੀ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਡਾਊਨਲੋਡ ਕਰਨ ਤੋਂ ਬਾਅਦ ਇਸ ਦੇ ਵਿੱਚ ਆਪਣਾ ਤੁਸੀਂ ਅਕਾਊਂਟ ਬਣਾਉਣਾ ਹੈ ਅਕਾਊਂਟ ਬਣਾਉਣ 'ਤੇ ਹੀ ਤੁਹਾਨੂੰ ਮਿਲੇਗਾ 46 ਰੁਪਏ ਦਾ ਬੋਨਸ ਸਹੀ ਕੀਤੇ ਹੈ ਅੱਜ ਵੀ ਸਾਨੂੰ ਵਿਸ਼ਵਾਸ ਹੈ ਤੁਸੀਂ ਫੈਸਲੇ ਸਹੀ ਕਰੋਗੇ ਅੱਛਾ ਉਹ ਮੈਨੂੰ ਗੱਲ ਵੀ ਦੱਸੋ ਕੀ ਗੱਲ ਹੋਈ ਹੈ ਗੱਲ ਸਰਪੰਚ ਸਾਹਿਬ ਸਾਰੀ ਦੱਸਾਂਗੇ ਤੁਹਾਨੂੰ ਸਰਪੰਚ ਸਾਹਿਬ ਗੱਲ ਇਹ ਹੈ ਆਹ ਧਰਮ ਹੈ ਗਰੀਬ ਹੈ ਵਿਚਾਰਾ ਇਹਦੀ ਭੈਣ ਨਾਲ ਜਿਹੜਾ ਹਾਕਮ ਦਾ ਮੁੰਡਾ ਹੈ ਉਹ ਗਲਤ ਸ਼ਰਾਰਤਾਂ ਕਰਦਾ ਜੀ ਅੱਛਾ ਹਾਂਜੀ ਮੇਰੀ ਗੱਲ ਸੁਣ ਭਾਈ ਅੱਜ ਤੱਕ ਪੂਰਾ ਫੁੱਲ ਨਿਆਂ ਕਰਦਾ ਆਇਆ ਮੈਂ ਇਨਸਾਫ ਹੀ ਕੀਤਾ ਜਿੰਨਾ ਕੀਤਾ ਅੱਜ ਵੀ ਇਨਸਾਫ ਮਿਲੂ ਤੁਹਾਨੂੰ ਠੀਕ ਹੈ ਜੀ ਕਿਉਂ ਭਾਈ ਠੀਕ ਹੈ ਜੀ ਸਰਪੰਚ ਹਾਂ ਦੱਸ ਭਾਈ ਹਾਕਮਾ ਕਿਵੇਂ ਕਰਨਾ ਸਰਪੰਚ ਸਾਹਿਬ ਐਂ ਤਾਂ ਹਰੇਕ ਹੀ ਕਹਿ ਦੂਗਾ ਕਿਸੇ ਕੋਲੇ ਕੋਈ ਸਬੂਤ ਵੀ ਹੋਵੇ ਭਾਈ ਹਾਂਜੀ ਹਾਕਮਾ ਤੋਂ ਸਬੂਤ ਪਾਲਦਾ ਹੈ ਸਾਰੇ ਪਿੰਡ ਦੀ ਬੇਇੱਜ਼ਤੀ ਹੋ ਗਈ ਇਹ ਵਿਚਾਰਾ ਗਰੀਬ ਹੈ ਗਰੀਬਾਂ ਦੀ ਕੁੜੀ ਨੂੰ ਐਂ ਕਰ ਦਿੰਦੇ ਆ ਮਾੜੀ ਮੁੰਡੀ ਸ਼ਰਮ ਹੈਗੀ ਤੈਨੂੰ ਉਹ ਮੇਰੀ ਗੱਲ ਸੁਣੋ ਅਮੀਰ ਗਰੀਬ ਕੋਈ ਨਹੀਂਗਾ ਇਨਸਾਫ ਸਭ ਨੂੰ ਹੋਊਗਾ ਮੇਰੀ ਗੱਲ ਸੁਣ ਭਾਈ ਤੇਰੇ ਮੁੰਡੇ ਨੂੰ ਅੱਜ ਤੋਂ ਮੈਂ ਪਿੰਡੋਂ ਬਾਹਰ ਕੱਢਦਾ ਅਤੇ 10,000 ਰੁਪਇਆ ਜੁਰਮਾਨਾ ਲਾਉਣਾ ਉਹਨੂੰ ਮੈਂ ਠੀਕ ਆ ਭਾਈ ਪੰਚਾਇਤ ਠੀਕ ਹੈ ਠੀਕ ਹੈ ਸਰਪੰਚ ਹਾਂ ਅਸੀਂ ਤੁਹਾਡੇ ਨਾਲ ਸਭ ਨੂੰ ਇਨਸਾਫ ਮਿਲੂਗਾ ਠੀਕ ਹੈ ਜੀ ਹਾਂ ਜੀ ਸਰਪੰਚ ਸਾਹਿਬ ਤੁਹਾਡਾ ਫੈਸਲਾ ਜਮਾਂ ਸਹੀ ਹੈ ਚਲ ਪੰਚਾਇਤ ਦੀ ਗੱਲ ਨਾਲ ਮੈਂ ਸਹਿਮਤ ਹਾਂ ਸਰਪੰਚ ਸਾਹਿਬ ਪਰ ਗੱਲ ਇਹ ਆ ਵੀ ਜੇ ਤੁਸੀਂ ਇੰਨੀ ਇਨਸਾਫ ਪਸੰਦ ਹੋ ਤਾਂ ਫਿਰ ਆਪਦੀ ਮੰਜੀ ਹੇਠਾਂ ਵੀ ਸੋਟੀ ਮਾਰੋ ਆਪਦੀ ਮੰਜੀ ਤਾਂ ਹਾਂ ਕੀ ਮਤਲਬ ਤੇਰਾ ਕਹਿਣ ਦਾ ਓਏ ਸਰਪੰਚ ਸਾਹਿਬ ਹਜੇ ਮੈਨੂੰ ਪੁੱਛਦੇ ਹੋ ਵੀ ਮੇਰੇ ਕਹਿਣ ਦਾ ਮਤਲਬ ਕੀ ਹੈ ਸਾਰੇ ਪਿੰਡ ਨੂੰ ਪਤਾ ਵੀ ਤੁਹਾਡਾ ਮੁੰਡਾ ਕੀ ਕਰਤੂਤ ਕਰਦਾ ਫਿਰਦਾ ਓਏ ਗੋਲ ਮੋਲ ਜੀ ਗੱਲ ਨਾ ਕਰ ਹਾਕਮਾ ਠੀਕ ਹੈ ਜੇ ਮੇਰਾ ਮੁੰਡਾ ਗਲਤ ਹੈ ਸਜ਼ਾ ਉਹਨੂੰ ਵੀ ਬਰਾਬਰੀ ਮਿਲੂਗੀ
फिर गल तो सरपंच साहब यह आ भी जी तारो वाली गल आ सारे पिंड नहीं पता भी सोडा मुंडा की गुरशरली डाउंदा फिरदा। तू मेरी गल सुन, इत्थे पंचायत लिया के सबूत दे, मैनू सजा उहनू देऊंगा बराबर मैं। चल कोई ना सरपंचा, सबूत भी लिया के देऊंगा, फिर ही करूँ गल हुण मैं तेरे नाल। कोई नहीं, लिया सबूत। ठीक है पंचायत, सही फैसला है। हाँ जी हाँ जी, सही फैसला है। बाकी मेरी गल सुनो, जिहड़ा आपां नूं 10,000 रुपया जुर्माना लाया ना, वह भी आपां धरमे दी भैण नूं देवांगे। ठीक है, ये फैसला बहुत वधिया सरपंच साहब। हाँ ठीक है, चलो ठीक है, फिर आग्या दो। ठीक है, सत श्री अकाल। ਲੈ ਪੁੱਤ ਤੂੰ ਕਿੱਧਰ ਭੱਗ ਗਿਆ ਸੀਗਾ? ਇੱਥੇ ਸੀ ਬੇਬੇ ਮੈਂ ਤਾਂ। ਚੱਲ ਵੇ ਪੁੱਤ ਤੂੰ ਤਾਂ ਇੱਥੇ ਸੀਗਾ। ਤੇ ਬਾਪੂ ਨਹੀਂ ਦੀਦਾ? ਬਾਪੂ ਤਾਂ ਤੈਨੂੰ ਪਤਾ ਤਾਂ ਹੈਗਾ, ਹਾਕਮ ਦੇ ਮੁੰਡੇ ਨੇ ਕੁੜੀ ਨਹੀਂ ਛੇੜਤੀ ਸੀਗੀ। ਅੱਛਾ, ਉੱਥੇ ਕੀਤਾ ਇਕੱਠ, ਉੱਧਰ ਗਿਆ ਗਾ। ਸੱਚ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣੀ ਆ, ਤੇਰੇ ਮਾਮਿਆਂ ਦਾ ਵੀ ਫੋਨ ਆਇਆ ਸੀਗਾ, ਤੂੰ ਨਾ ਕੋਈ ਇਹੋ ਜਿਹਾ ਚੰਦ ਚੜ੍ਹਾ ਦੀ। ਨਹੀਂ ਨਹੀਂ ਬੇਬੇ, ਮੈਂ ਇਹੋ ਜਿਹੀ ਗੱਲ ਕਾਹਤੋਂ ਕਰੂੰਗਾ। ਕਿਤੇ ਹੋਰ ਕੋਈ ਲਾਂਬਾ ਲਿਆ ਦੇ, ਇੰਨੇ ਵਧੀਆ ਘਰ ਦੇ ਤਕੜੇ ਘਰ ਦਾ ਰਿਸ਼ਤਾ ਲਿਆਵਾਂਗੇ ਤੈਨੂੰ। ਚੰਗਾ, ਤੇਰੇ ਮਾਮੇ ਨੇ ਦੇਖੇ ਪਈ ਆ ਕੁੜੀ ਤਾਂ। ਕੋਈ ਨਾ ਬੇਬੇ, ਕਰਾ ਲਾਂਗੇ, ਕਰਾ ਲੂੰ ਮੈਂ ਫਿਰ ਆਉਣਾ ਕੋਈ ਨਾ। ਚੰਗਾ ਪੁੱਤ, ਕੋਈ ਲਾਂਬਾ ਨਾ ਆਵੇ। ਚੰਗਾ, ਕਿਤੇ ਹੋਰ ਤੇਰਾ ਪਿਓ ਮੈਨੂੰ ਗਾਲਾਂ ਦੇਵੇ, ਕਹੇ ਤੂੰ ਮੁੰਡਾ ਬਾਹਲਾ ਸਿਰ ਚੜ੍ਹਾਇਆ ਸੀ। ਅੱਗੇ ਬੇਬੇ ਕਿੰਨੇ ਕੁ ਲਾਂਬੇ ਆਏ ਮੇਰੇ। ਨਹੀਂ ਪੁੱਤ, ਮੈਨੂੰ ਤਾਂ ਤੇਰੇ ਪਿਓ ਤੋਂ ਡਰ ਲੱਗਦਾ, ਤੇਰੇ ਪਿਓ ਦਾ ਸੁਭਾਅ ਵੀ ਤਲਬ ਵਾਲਾ ਗਾ। ਬੇਬੇ ਇੱਕ ਗੱਲ ਕਹਿਣੀ ਸੀ ਤੈਨੂੰ, ਜੇ ਮੰਨ ਲਓ ਮੈਨੂੰ ਕੋਈ ਕੁੜੀ ਪਸੰਦ ਆ ਜੇ, ਤਾਂ ਫਿਰ ਤੁਸੀਂ ਮੇਰਾ ਕਰ ਦੋਗੇ ਉੱਥੇ? ਵੇ ਪੁੱਤ, ਪਸੰਦ ਤਾਂ ਆ ਜੇ, ਕੋਈ ਤਕੜੇ ਘਰ ਦੀ ਹੋਈ ਫਿਰ ਤਾਂ ਉਹੋ ਜਿਹੀ ਗੱਲ ਚੱਲ ਜਾਂਦੀ ਆ। ਹੁਣ ਤੈਨੂੰ ਪਤਾ ਗਾ ਤੇਰੇ ਪਿਓ ਦੇ ਸੁਭਾਅ ਦਾ, ਜੇ ਮੇਰੀ ਗੱਲ ਸੁਣ, ਕਿਤੇ ਕੋਈ ਪਸੰਦ ਤਾਂ ਨਹੀਂ ਕਰੀ ਬੈਠਾ? ਨਹੀਂ ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਮੇਰੀ ਗੱਲ ਸੁਣ, ਉਹ ਤਾਂ ਤੇਰੇ ਮਾਮਿਆਂ ਨੇ ਆਪ ਹੀ ਸਾਰਾ ਕੁਛ ਕਰਨਗੇ, ਕੁੜੀ ਤਾਂ ਉਹਨਾਂ ਦੀ ਨਿਗਾਹ 'ਚ ਸੀ, ਆਪਣੀ ਰਿਸ਼ਤੇਦਾਰੀ 'ਚ ਨਾ ਹੈ, ਵਧੀਆ ਘਰਾਣੇ ਦੀ ਆ। ਆਪਾਂ ਐਂ ਥੋੜ੍ਹੀ ਆ ਵੀ ਉਈ ਕਿਸੇ ਦਾ ਰਿਸ਼ਤਾ ਚੱਕ ਕੇ ਲੈ ਲਾਂਗੇ। ਸੁਣਦਾ ਤੈਨੂੰ ਗੱਲ? ਹਾਂ ਬੇਬੇ, ਗੱਲ ਤਾਂ ਸੁਣੀ ਜਾਂਦਾ ਮੈਂ। ਚਲੋ ਕੋਈ ਨਾ, ਫਿਰ ਦੇਖ ਲਾਂਗੇ ਕੀ ਆਉਂਦੇ ਮਾਮੇ ਕੇ, ਦੇਖ ਲਾਂਗੇ ਕੁੜੀ, ਉਹ ਵੀ ਦੇਖ ਲਾਂਗੇ। ਪੁੱਤ, ਮੈਨੂੰ ਤਾਂ ਐਂ ਲੱਗਦਾ ਤੇਰੇ ਮਨ 'ਚ ਕੋਈ ਗੁਲਝਣਾ ਚੱਲ ਰਹੀ। ਨਹੀਂ ਨਹੀਂ, ਉਹੋ ਜਿਹੀ ਕੋਈ ਗੱਲ ਨਹੀਂ, ਐਵੇਂ ਤੈਨੂੰ ਵਹਿਮ ਹੈ ਬੇਬੇ, ਇਹੋ ਜਿਹੀ ਨਹੀਂ ਕੋਈ ਗੱਲ, ਮੈਂ ਤੂੰ ਹੀ ਪੁੱਛਦਾ ਸੀ। ਚੱਲ ਕੋਈ ਨਾ, ਮੈਂ ਤਾਂ ਤੇਰਾ ਨਾ ਨਹਾਉਣ ਵਾਲੇ 'ਚ ਪਾਣੀ ਪਾਇਆ ਪਿਆ ਗਾ, ਨਹਾ ਲਾ ਜਾ ਕੇ, ਲੈ ਮੈਂ ਵੀ ਉਹ ਕਰ ਲਾ ਰੋਟੀ ਟੁੱਕ ਬਣਾ ਲਾ। ਹਾਂ ਕੋਈ ਨਾ, ਨਹਾਉਣਾ। ਤੁਸੀਂ ਕੀ ਕਰਦੇ ਹੋ? ਕੀ ਕਰਨਾ ਮੈਂ ਦੱਸ, ਕਿੱਥੇ ਜਾਣਾ ਹੈ ਹੁਣ? ਪਿੰਡ ਦੇ ਵਿੱਚ ਫੇਰੀ ਪਾਉਣ ਚੱਲਾ। ਮੇਰੀ ਬਹਿਣਾ ਨੇ ਆਉਣਾ ਸੀ, ਉਹਨਾਂ ਨੂੰ ਲੈ ਆਉਂਦੇ ਮਾਖਾ ਮੋੜ ਤੋਂ। ਬਹਿਣਾ ਨੇ? ਹਾਂਜੀ। ਕੱਲ ਕਿਹੜੀ ਬਹਿਣ ਨੇ ਆਉਣਾ ਤੇਰੀ ਨੇ? ਮੀਨਾ ਨੇ ਆਉਣਾ। ਕੱਲ ਮੀਨਾ ਹੀ ਆ ਰਹੀ ਹੈ? ਨਹੀਂ, ਨਾਲ ਰੱਜੋ ਵੀ ਆ ਰਹੀ ਹੈ। ਅੱਛਾ, ਰੱਜੋ ਵੀ ਆ ਰਹੀ ਹੈ। ਆ ਰਹੀ ਉਹ ਵੀ। ਫਿਰ ਕੋਈ ਗੱਲ ਨਹੀਂ, ਫੇਰੀ ਮੈਂ ਬਾਅਦ ਦੇ ਵਿੱਚ ਚਲਾ ਜਾਊਂਗਾ, ਪਹਿਲਾਂ ਉਹਨਾਂ ਨੂੰ ਹੀ ਲੈ ਆਉਣਾ। ਹਾਂ, ਤੁਸੀਂ ਉਹਨਾਂ ਨੂੰ ਲੈ ਆਓ, ਉਹਨਾਂ ਨੂੰ ਆਪਣੇ ਕਬੀਲੇ ਦਾ ਪਤਾ ਨਹੀਂ ਹੈ। ਉਹ ਕੋਈ ਗੱਲ ਨਹੀਂ, ਲੈ ਆਉਣਾ ਮੈਂ। ਹਾਂ, ਮੁੱਢ ਸਿੰਘ ਤੇ ਲੈ ਆਉਣਾ ਆਪਣੇ ਖੜਾ ਹੀ। ਆਪਣੀ ਸਾਲੀ ਨੂੰ ਲੈ ਆਵਾ, ਕੋਈ ਗੱਲ ਨੀ, ਸਾਲੀ ਨੂੰ ਤੇ ਲੈ ਕੇ ਆਵਾ, ਉਹ ਨਾ ਕਿਤੇ ਖੜੀ ਚੱਕੀ ਜਾਂਦੀ ਹੋਵੇ, ਕਿਤੇ ਮੇਰਾ ਜੀਜੂ ਲੈਣ ਹੀ ਨੀ ਆਇਆ। ਇਹ ਬੰਬੂ ਗਾਰਡ ਨੇ ਕਿਹੜਾ ਮੇਰੇ ਚੱਲਣੇ, ਇਹ ਵੀ ਗਰਮ ਨਹੀਂ ਕੀਤਾ। ਉਹ ਚੰਦ ਨੂੰ 2 ਦਿਨ ਹੋ ਗਏ, ਉਹ ਨਹੀਂ ਆਪਣੀ ਮਾਸੀ ਕੋਲੋਂ ਮੁੜਿਆ। ਇਹ ਤਾਂ ਕਿਉਂ ਨਹੀਂ ਚੱਲੇਗਾ, ਇਹ ਤਾਂ ਅੱਧੀ ਕਿੱਕ ਤੋਂ ਸਟਾਰਟ ਹੀ ਹੈ ਮੇਰਾ ਜਾਮਾ। ਹਾਂ ਆ ਗਏ ਮਹੀਨੇ ਬਸ। ਭੈਣੇ, ਜੀਜਾ ਹਾਲੇ ਤੱਕ ਨਹੀਂ ਆਇਆ। ਨਹੀਂ ਆਉਂਦਾ ਹੀ ਆਊਗਾ, ਕਿਹੜਾ ਜਹਾਜ਼ ਹੈ ਜੀਜਾ ਤੇਰਾ, ਵੀ ਉੱਡ ਕੇ ਹੀ ਆ ਜੇ, ਬੈਠੀ ਰਹਿ ਦਮ ਲੈ ਲਾ। ਨਹੀਂ ਟੁੱਟੇ ਜੇ ਮੋਟਰਸਾਈਕਲ ਜੀਜੂ ਕੋਲੇ, ਬੜਾ ਹੀ ਟਾਈਮ ਲਾ ਦੂਗਾ, ਹੁਣੀ ਥੋੜਾ ਨਾ ਆ ਜੂਗਾ ਜੀਜੂ। ਮੇਰੀ ਗੱਲ ਸੁਣ, ਭੁੱਖ ਤਾਂ ਨਹੀਂ ਲੱਗੀ? ਨਹੀਂ। ਬਸ ਫਿਰ ਡੀਕ ਲਾ, 2 ਮਿੰਟ ਹੋਰ ਆਉਂਦੇ ਹੀ ਹੋ। ਤਾਰਾ ਤੂੰ? ਹਾਂ ਸਰਦਾਰਾ ਮੈਂ। ਮੈਨੂੰ ਤਾਂ ਆਇਆ ਸੀ, ਤੂੰ ਕਿੱਥੇ ਆਉਣਾ? ਲੈ ਐਵੇਂ ਕਿਵੇਂ ਨਹੀਂ ਆਉਣਾ ਸੀ, ਆਉਣਾ ਤੇ ਸੀ, ਪਰ ਤੈਨੂੰ ਪਤਾ ਸਰਦਾਰਾ ਘਰੋਂ ਨਿਕਲਣਾ ਬੜੇ ਹੀ ਮੁਸ਼ਕਿਲ ਹੈ। ਹੁਣ ਤਾਂ ਤੇਰੇ ਬਿਨਾਂ ਜਮਾਂ ਦਿਲ ਨਹੀਂ ਲੱਗਦਾ ਤਾਰੋ, ਮੈਨੂੰ ਹੀ ਪਤਾ ਮੈਂ 2 ਦਿਨ ਕਿਵੇਂ ਕੱਢੇ। ਕੀ ਕਰਾਂ ਸਰਦਾਰਾ, ਮਜਬੂਰੀ ਹੋ ਜਾਂਦੀ ਹੈ। ਤੂੰ ਤਾਂ ਆਪਣੇ ਅੱਖਾਂ ਨਾਲ ਹੀ ਵੇਖਿਆ ਨਾ, ਬਿੱਲਾ ਵੀਰ ਕਿਵੇਂ ਲੈ ਕੇ ਗਿਆ ਤੇਰੀਆਂ ਅੱਖਾਂ ਦੇ ਸਾਹਮਣੇ, ਮੈਨੂੰ ਬੜੇ ਡਰ ਲੱਗਦਾ, ਅੱਜ ਵੀ ਮੈਂ ਆ ਗਈ ਬਸ ਇੱਕ। ਉਹ ਤਾਂ ਠੀਕ ਹੈ, ਪਰ ਬਿੱਲੇ ਨੇ ਤੈਨੂੰ ਕੁੱਟਿਆ ਮਾਰਿਆ ਤਾਂ ਨਹੀਂ? ਬਿੱਲੇ ਵੀਰ ਨੇ ਕੁੱਟਿਆ ਮਾਰਿਆ, ਬੜਾ ਹੀ ਮੈਨੂੰ ਝਿੜਕਿਆ। ਸੱਬੋ ਭਾਬੀ ਬੜੀ ਚੰਗੀ ਹੈ, ਉਹਨੇ ਰੋਕਿਆ ਵਿਚਾਰੀ ਨੇ। ਤਾਰੋ, ਜੇ ਮੈਨੂੰ ਤੂੰ ਨਾ ਮਿਲੀ ਤਾਂ ਮੈਂ ਆਪਦੇ ਆਪ ਨੂੰ ਖਤਮ ਕਰ ਲੈਣਾ। ਜੇ ਆਪਾਂ ਨੂੰ ਇਸ ਦੁਨੀਆਂ ਨੇ
ਜਿਉਂਦਿਆਂ ਨੂੰ ਇਕੱਠੇ ਨਾ ਹੋਣ ਦਿੱਤਾ ਤਾਂ ਘੱਟੋ ਘੱਟ ਮਰ ਕੇ ਤਾਂ ਇਕੱਠੇ ਹੋ ਜਾਵਾਂਗੇ। ਨਾ ਸਰਦਾਰਾ, ਇੱਦਾਂ ਦੇ ਬੋਲ ਨਾ ਬੋਲ, ਮੇਰੇ ਦਿਲ ਨੂੰ ਕੁਛ ਹੁੰਦਾ। ਹੋਰ ਫਿਰ ਤਾਰੋ, ਆਪਾਂ ਕਰ ਵੀ ਕੀ ਸਕਦੇ ਹਾਂ? ਜੇ ਮੇਰਾ ਵਿਆਹ ਹੋਇਆ ਨਾ ਤਾਂ ਤੇਰੇ ਨਾਲ ਹੀ ਹੋਊਗਾ, ਹੋਰ ਕਿਤੇ ਮੈਂ ਕਰਾਉਣਾ ਨਹੀਂ। ਉੱਧਰੋਂ ਘਰ ਦੇ ਜ਼ੋਰ ਪਾਈ ਜਾਂਦੇ ਆ ਵਿਆਹ ਕਰਾਉਣ ਨੂੰ, ਅਤੇ ਪਰ ਮੈਂ ਹੋਰ ਕਿਤੇ ਕਰਾਉਣਾ ਨਹੀਂ, ਵਿਆਹ ਮੈਂ ਤੇਰੇ ਨਾਲ ਹੀ ਕਰਾਉਣਾ। ਉਹਦੇ ਵਾਸਤੇ ਭਾਵੇਂ ਮੈਨੂੰ ਕੁਛ ਵੀ ਕਰਨਾ ਪਵੇ। ਕੀ ਕਰਾਂ ਸਰਦਾਰ, ਮੈਂ ਤਾਂ ਕਰਮਾਂ ਮਾਰੀ ਬੜੀ ਮਜਬੂਰ ਹੈ, ਮੈਂ ਤਾਂ ਤੇਰੇ ਨਾਲ ਕੋਈ ਵਾਅਦਾ ਵੀ ਨਹੀਂ ਕਰ ਸਕਦੀ, ਕਿਉਂਕਿ ਬਿੱਲੇ ਵੀਰ ਨੇ ਕਦੇ ਵੀ ਨਹੀਂ ਮੰਨਣਾ, ਉਹਨੇ ਮੈਨੂੰ ਜਾਨੋਂ ਮਾਰ ਦੇਣਾ। ਤਾਰੋ, ਮੇਰੇ ਨਾਲ ਇੱਕ ਵਾਅਦਾ ਤੂੰ ਜ਼ਰੂਰ ਕਰ, ਮੈਨੂੰ ਰੋਜ਼ ਮਿਲਣ ਜ਼ਰੂਰ ਆਇਆ ਕਰੇਂਗੇ। ਵਾਅਦਾ ਤਾਂ ਨਹੀਂ ਕਰ ਸਕਦੀ ਸਰਦਾਰ, ਘਰੋਂ ਆਉਣਾ ਬੜਾ ਹੀ ਮੁਸ਼ਕਿਲ ਹੈ, ਪਰ ਮੈਂ ਕੋਸ਼ਿਸ਼ ਕਰਾਂਗੀ। ਅਤੇ ਹੁਣ ਮੈਂ ਚੱਲਦੀ ਹਾਂ, ਬਿੱਲਾ ਵੀਰਾ ਨਾ ਆ ਜਾਈ ਕਿਤੇ। ਚਲੋ ਠੀਕ ਠੀਕ ਹੈ ਸਰਦਾਰ। ਹੇ ਭਗਵਾਨ, ਪਿਆਰ ਕਰਨ ਵਾਲਿਆਂ ਦੀ ਜ਼ਿੰਦਗੀ ਕੜਿੱਕੀ ਦੇ ਵਿੱਚ ਅੜੀ ਹੁੰਦੀ। ਰਾਮ ਰਾਮ ਸਾਲੀ, ਆ ਜਾਓ ਓਏ, ਆ ਜਾਓ ਉਹ ਬੜਾ ਟਾਈਮ ਨਹੀਂ, ਮੇਰੇ ਕੋਲ ਕਿਹੜਾ ਜਹਾਜ਼ ਹੈ ਸਾਲੀ, ਆ ਜਾ ਬਹਿ ਜਾ। ਹੋਰ ਦੱਸ, ਠੀਕ ਹੈ ਘਰ ਪਰਿਵਾਰ ਤੇ? ਹੋਰ ਤਾਂ ਸਾਰੇ ਠੀਕ ਹੈ, ਟੁੱਟੇ ਮੋਟਰਸਾਈਕਲ ਪਿਆ ਮੰਗ ਰੇੜੀ ਪਾਈ ਆਉਂਦਾ। ਓ ਰੇੜੀ ਤੋਂ ਕੀ ਕਰਉਣਾ ਸਾਲੀ, ਦੋ ਤੇ ਜਣੀਆਂ ਤੇ ਬਹਿ ਜਾਣਾ ਵਧੀਆ ਹੀ। ਹਾਂ ਬਹਿ ਜਾ ਬਹਿ ਜਾ, ਮੋਟਰਸਾਈਕਲ ਡੋਲਦਾ ਨੀ ਖਾਂਦਾ। ਆਪਣੀ ਚੁੰਨੀ ਚੁੰਨੀ ਸਹੀ ਕਰ ਲੈ, ਇਹਨੂੰ ਕੀ ਹੋ ਗਿਆ, ਹੁਣ ਸਟਾਰਟ ਕਿਉਂ ਨਹੀਂ ਹੋ ਰਿਹਾ? ਮੇਰਾ ਬੰਬੂ ਗਾਟ ਅੱਧੀ ਇੱਕ ਤੇ ਸਟਾਰਟ ਹੈ, ਮੇਰੀ ਬੱਕੀ ਹੱਥ ਸਮਾਰ ਕੇ ਪਹਿਲੇ ਦੋਨੋਂ ਹੀ। ਹਾਂ ਡਿੱਗਣਾ, ਮੈਂ ਬਹਿਣ ਦੱਸਦਾ ਘਰ ਜਾ ਕੇ, ਕੋਈ ਗੱਲ ਨੀ। ਖਾ ਪੀ ਲਿਆ ਸਾਰੇ ਕੁਛ, ਬਹਿਣਾ ਬਹਿ ਜਾ। ਹੋਰ ਘਰ ਪਰਿਵਾਰ ਠੀਕ ਹੈ, ਸਾਰੇ ਠੀਕ ਨੇ? ਅੱਜ ਤੇ ਬੜੀ ਚਾਹ ਚੜ੍ਹੇ ਪਿਆਸੇ ਸਭ। ਹੋਰ ਦੱਸ ਆਪਣੇ ਉਧਰ ਕੀ ਹਾਲ ਨੇ ਸਾਰੇ, ਵਧੀਆ ਨੇ ਨਾ ਤੇਰੇ ਦੌਰ ਵਰਗੇ? ਉਹ ਤਾਂ ਸਾਰੇ ਠੀਕ ਹੈ, ਮੈਂ ਤਾਂ ਤੈਨੂੰ ਪਤਾ ਜਿਹੜਾ ਜ਼ਰੂਰੀ ਕੰਮ ਕਰਨ ਆਈ ਹੈ ਬਸ ਉਹੀ ਕਰਨ ਆਈ ਹੈਗੀ। ਹਾਂ ਦੱਸ, ਗੁੱਡੀ ਦੇ ਰਿਸ਼ਤੇ ਵਾਸਤੇ ਆਈ ਹੈ। ਆਪਣੀ ਗੱਲ ਪੱਕੀ, ਸਾਰਾ ਹਿਸਾਬ ਕਿਤਾਬ ਓਹੀ ਲਿਖਦਾ। ਓ ਸ਼ੱਬੋ, ਹੁਣ ਚਾਹ ਪਾਣੀ ਵੀ ਪੁੱਛ ਲੋ। ਸ਼ੱਬੋ ਬਾਬੇ, ਪਹਿਲੀ ਵਾਰੀ ਆਈ ਆਪਣੇ ਜੀਜੇ ਕੋਲ
बकरा खा जानी देख के लग रहा है घर बकरा नी पकता खवाया कुछ खादी भी है गले आकड़े बस और कुछ नहीं है ना कोई कम कर दी करी जाता है खबर सुना दी जी मेरा ते मन ही खराब हो गया इना चा सी कि अज रिश्तेदार आए ने तारो बनी नहीं अजे जा बिल्ले वीर लेके आनी है पानी दे ले एक बारी ना बस दे ले आनी है वीरे ने बैठे नी हुक्म लाई जाने ते तू उठ खड़ तू पानी फड़ा दे दस जीजा मैनू ये दस के तेरा काम किवे चलदा ओ काम को मते साली बहुत मंदा ही ना काम को कोई नहीं चलदा सारा बस मुल्ल दाण लग गया है ते सुरमा सलाई बिकदी कुछ ओ सुरमा सलाई तारो जान दे ते फेर ही है कदे कदे वीरे पैर नु मोच आ गई कदे कदे वीरे दर्द हो रिया है बस यही नहीं लोड आंदी मेरे तो चल कुड़ी दे पैर नु मोच आ गई ताई कहंदी ओ आराम कर लेंदी तू कल्ले ही चल जांदा ओ मैं कल्ले ते जन्ना पर दिन भी पता है मैं तो कोई नहीं लेंदा सुरमा ए काम है सारा दिन बोल दे रहंदी कल्ले किथे जांदे ओ जवाकड़ी दे मगर पए रहंदे ने चल कोई नहीं मेरी गल सुन जीजा हां आज मैं तेरे हाथ दा ही मीट खाना मैं बकरा खाना देख जीजे दे घर आई मैं ओ सोले तू कड़े रोज रोज आना है बकरे जड़ जे तू मेनू ही खा ले हां बकरा पूरा स्वाद बना ले बे सुख दिया गल्ला करया कर मेनू काला जे खाना चीज होवे मैं खा ला हां ते ओ भी बेचारी बड़ी लस्सी आई है आज मैं सिरी खमणी है बकरे दिया पूरी मोटी करके तो रहेगे नु बापू दा इनू कुछ नहीं कमांदा आज तेरी एक दिन दी सिरी नाले मोटी डाडी हो जुगी कोई गल नहीं सालिए तुसी कड़े छेती मैं कोई नहीं जानदा तुसी रहो इत्थी अजे हां अपना घर बार लेके बह गया पी लेण दे चा पानी अपना घर बार छड के हुन जीजे दे सराने मोड बैठ जाऊं मैं फिर की सालिए मेनू ते कोई गल नहीं मेनू कोई गुस्सा नहीं मेरी सालिए मेरे कोल रहणगी मैं तो जी लगया रहना ही चल खुशी खुशी अज तो सच्ची खाना मैं झूठ नहीं बोलदी मैंने तो बकरे खाना किते दाल बना के बैठ सालिए कुछ भी मंग तेरे लिए जान हाजिर फिर तो बकरे ओ बिल्ले वीर केड़ी गल बना दे जो कहंदी है बहन मसाला आईया ने ए पसंद है मार दे हुने बढ़ दे नहीं कोई नहीं बढ़ ले वीर बकरा कोई गल नहीं आज लोटो के बैठ उरी हो जा सोली ऊपर की बजे कोई गल नहीं संग ना हुन किडे ब्याह आई है बनाओ ना बकरा ई तो थोड़ी मिर्ची कट्टी खाएगी मिल ले लोटो के बैठ तार हुईया बैठ जा ई हो जा ओ बिल्ले वीर तंग ना कर कुड़ी नु मेरी गल सुन हाँ। तेरे ना किमे रहंदा जीजा ठीक रहंदा के बस एवे बोलते रहंदे सारा दिन मच्छू मच्छू करदा है ते कहंदे तू नक ते गुस्सा रखदी ना लड़या कर बंदा तेरा मैं ते काजा गुस्सा करदी आप ही सारा दिन गुस्सा ओ नहीं बहन बिल्ले वीर दस भाई एदां दा है जंच नहीं कुछ मेरे मगर प्यार रहंदे कदी मेरे मगर प्यार रहंदे चलो तो ओदी बहन ओदी ता छड ए ता बहन भाई इको जईया तू जनानी है ओदी फिर भी जनानी बंदे दे पैर दी जूती होंदी है सारा दिन बोलदी है क्योंकि सिर दा ताज है बना लिया मैं तुसी गल्ला कर लो इने च नहीं तेरे सिर दा ताज है फिर भी घट बोलया कर मैं ता की बोलना बहना नहीं नहीं बहने सब भाभी कानू बोल दीजे ए वीरे दा ना सवाई बड़ा गंदा है एनु आदत है कुड़कुड़ करन दी सारा दिन चल कोई गल नहीं जी तो सोरे तुर गई ना अक्का जी कसुन दे दे रोएंगी वीर नु बड़ा याद करेंगी देखेंगी अड्डियां चुक के मेरे वीर आ गए ए ते सही गल है भैणा नु ते वीर बड़े प्यारे हुंदे ए भी ते याद कर कर रोया करेगा देख ले तू हां मेरी गल सुन तारो बिल्ले वीर दी चलदी है जिद्दां बिल्ला वीर कहूगा उदां ही हो जांगा बस मैनूं पता लग गया तेरे दिल दी बस हां है तेरी क्योंकि एवें नहीं बिल्ले वीर ते छड़दी मैं तां जीजे नूं कह देणी आ के आज तो तारो साड़ी होगी ते ओ कहूगा जंगा साली है जिमे तू कहता लोट बाकी सबो भाभी सब मेरे दिल दिया जान दिया सबो भाभी ते बड़ी चंगी है मैंनू ते कदे महसूस ही नहीं होया कि मेरी भाभी है कि मेरी बहन है चल वधिया गल है मेरी बहन दिल दी माड़ी नहीं पर पता नहीं इनू खुराक नहीं लगदी बस आए रहंदी है कि सच्ची गुस्से वाली होगी जड़ी लिस्सी पतली जी है नहीं बहन काम भी साड़ी घर बहुत है पानी भी बड़ी दूरों लेके आनी है मटके भर भर के चल फिर सरदा होवे तो पानी लैन क्यों जाइए अपने केड़ा जी करदा तैनू पता हर एक चीज ही पानी ना बाणनी ते मैं भी बिल्ले वीर ना पिंड गली च गेड़े देनी लत्तां रह जांदियां सारा दिन काम बड़ा करना पैंदा हां ठंड लंग के गई है पंजीरी ला के खा लेनी सी असी हां दीदी मेरी बहना तू ना संग सारी उम्र ता तू कटनी है जे तेरे दिल दी कोई गल है ते दस दे मीना
की दिल की गल दसा, कुड़ियां दे दिल दियां गल्लां कौन सुनदा, तैनूं पता ही है। ते बिल्ले वीर दी चलनी है, जो बिल्ले वीर दा फैसला होई मेरा फैसला होगा, मैं केड़ा बिल्ले वीर तो बाहर हो सकदी हां। नहीं मीना, तू भी अब दी गल मारती बैठी बैठी, एड्डी सियाणी नहीं होई के तू दिल दियां गल्लां पूछे अब दी वड्डी बहन दियां, ठीक है ना। इन्हें दस्ता दिता के जो जीजे ने करना वो ही करना, वो नहीं किसे दी सुनदा। चल कोई गल नहीं, और सुना फिर, हुण तेरे पैर दी मोच ठीक ही आ? हुण ते ठीक है भैणे, किन्ने दिन ते मैं बिल्ले वीर नाल पिंड गली च गेड़ा भी देण नहीं गई, हुण ते ठीक है। जदों पानी भरन जाने होने ना टोआ टिप्पो देख के जाया कर, हुण ते मैं बहुत घट जानी आ, सबो भाभी लै आउंदी है भर के। हां जदों सरदा ही नहीं फिर जाना तो ही मेनू कदे कुछ लिया के नहीं दिता। ਕਦੋਂ ਕ ਜਾਣਾ ਹੈ ਆਪਾਂ? ਮੇਰਾ ਤਾਂ ਜੀ ਕੋਈ ਨਹੀਂ ਲੱਗਦਾ। ਗੱਲਾਂ ਵੇਖ ਕਰਦੀ, ਆਈ ਨੂੰ ਘੰਟਾ ਨਹੀਂ ਹੋਇਆ ਅਜੇ, ਕਦੋਂ ਕ ਜਾਣਾ ਹੈ? ਉਦੋਂ ਤਾਂ ਕਹਿੰਦੀ ਵੀ ਬਾਪੂ ਮੈਂ ਭੈਣਾਂ ਨਾਲ ਜਾਣਾ, ਜੋੜਾ ਕੱਪੜਿਆਂ ਦਾ ਵੀ ਭਰ ਲਿਆ, ਰਹਿ ਹੁਣ ਇੱਥੇ, ਜੀ ਲੱਗੇ ਨਾ ਲੱਗੇ। ਤੇ ਭੈਣੇ ਛੋਟੀ ਕੀ ਕਹਿੰਦੀ ਪਈ ਹੈ? ਕੀ ਕਹਿਣਾ ਹੈ ਬਸ, ਸਭਦੀ ਮਾਰੀ ਜਾਂਦੀ, ਕਹਿੰਦੀ ਜੀਜਾ ਵੀ ਨਹੀਂ ਦਿੰਦਾ, ਭੈਣ ਵੀ ਨਹੀਂ ਆਈ ਚਾਹ ਲੈ ਕੇ। ਹੈ ਆਉਂਦੇ ਆਉਂਦੇ ਆ, ਸਭ ਆ ਜਾਏ ਤੂੰ ਚਾਹ ਲੈ ਕੇ। ਲੈ ਚਾਹ ਪੀ ਲੈ ਭੈਣ, ਲਿਆ ਨਹੀਂ ਭੈਣੇ। ਲੈ ਭੈਣੇ ਤੂੰ ਵੀ ਲੈ ਲੈ। ਕੀ ਗੱਲਾਂ ਕਰੀ ਜਾਂਦੇ ਹੋ? ਕੀ ਗੱਲਾਂ ਕਰਨੀ ਤੈਨੂੰ ਪਤਾ, ਨਿੱਕੇ ਨਿੱਕੇ ਗੱਲਾਂ ਆਉਂਦੀ। ਮੇਰੀ ਗੱਲ ਸੁਣ ਸ਼ੱਬੋ। ਹਾਂ ਭੈਣਾ। ਜੀਜਾ ਕਿੱਧਰ ਨੂੰ ਵੱਗ? ਇੱਥੇ ਗਿਆ ਹੋਣਾ, ਤੂੰ ਭੇਜਿਆ ਸੀ? ਉਹ ਬਿੱਲੇ ਵੀਰ ਦਾ ਕੀ ਪਤਾ, ਉਧਰ ਖੜ ਜਾਂਦਾ ਦਾਣਾ ਮੰਡੀ ਵੱਲ ਜਾ ਕੇ। ਜੀ ਲੱਗਦਾ ਜੀਜੇ ਬਿਨਾ? ਜੀ ਕਿਉਂ ਨਹੀਂ ਲੱਗਦਾ, ਮੇਰੀ ਭੈਣ ਮੇਰੀ ਅੱਖਾਂ ਦੇ ਸਾਹਮਣੇ ਹੈ। ਹਾਂ ਬੜਾ ਜੀਜਾ ਜੀਜਾ ਕਰਦੀ ਹੈ। ਇਹ ਸਭੋ ਬਾਬੇ ਹੁਣ ਤੇ ਵੈਸੇ ਪੁੱਛ ਲਿਆ, ਤੂੰ ਤੇ ਗਾਲੀ ਪੈ ਗਈ। ਨਹੀਂ ਗਾਲ ਕੋਨੀ ਪਈ ਮੈਂ ਵੀ ਦੱਸਿਆ ਹੀ ਹੈ ਇੱਥੇ ਗਿਆ ਹੈ। ਇਹਦੀ ਤਾਂ ਤਾਰੋ ਗਈ ਨਹੀਂ ਆਦਤ ਸ਼ੱਕ ਕਰਨ ਦੀ, ਸ਼ੱਕ ਕਰ ਕਰ ਮੱਚੀ ਪਈ ਹੈ ਸਾਰੀ। ਫੇਰ ਮੈਨੂੰ ਕਹਿੰਦੀ ਕਿ ਜੀਜੇ ਨੂੰ ਪੁੱਛਦੀ, ਜਦ ਮੈਂ ਜੀਜੇ ਦੇ ਘਰ ਆਈ ਤੇ ਜੀਜੇ ਨੂੰ ਪੁੱਛੂਗੀ, ਇਹਨੂੰ ਕਿਤੋਂ ਪੁੱਛੇ ਤੇ ਮੇਰੀ ਭੈਣ? ਮੈਂ ਵੀ ਤੇ ਫਿਰ ਦੱਸਿਆ ਹੀ ਹੈ ਤੈਨੂੰ, ਮੈਂ ਤੈਨੂੰ ਕੀ ਕਹਿਤਾ ਈ? ਕੁਝ ਨਹੀਂ ਕਹਿਤਾ। ਸਭੋ ਭਾਬੀ ਚੁੱਪ ਕਰ, ਉਹ ਆਪਣੇ ਮਹਿਮਾਨ ਨੇ, ਚੁੱਪੀ ਆ ਤਾਰੋ, ਉਹ ਆਪਣੇ ਮਹਿਮਾਨ ਨੇ, ਏਦਾਂ ਨਹੀਂ ਬੋਲੀਦਾ। ਮੇਰੀ ਗੱਲ ਸੁਣ, ਆ ਜੀ ਤੂੰ ਆਪਣੇ ਵੱਡੇ ਜੀਜੇ ਤੋਂ ਜੋ ਕੁਛ ਮਰਜ਼ੀ ਮੰਗਾ ਕੇ ਖਾ ਲਈ, ਮੈਂ ਇੱਕ ਤੋਂ ਦੋ ਨਹੀਂ ਕਹਿੰਦੀ, ਤੂੰ ਦੇਖ ਕਿਵੇਂ ਕਲੇਸ਼ ਪਾਉਂਦੀ ਹੈ। ਭੈਣ ਤੁਸੀਂ ਵੱਡੇ ਹੋ, ਤੂੰ ਸਮਝਦਾਰ ਹੋ, ਤੁਸੀਂ ਚੁੱਪ ਰਹੋ, ਭਾਬੀ ਛੋਟੀ ਹੈ, ਕੁਛ ਨਾ ਭਾਬੀ ਨਿਆਣੀ ਮਾਤੀ, ਤੇ ਬਿੱਲੇ ਵੀਰ ਦੇ ਸੁਭਾਅ ਨਾਲ ਇਹਦਾ ਸੁਭਾਅ ਵੀ ਹੁਣ ਇੱਦਾਂ ਦਾ ਚਿੜਚਿੜਾ ਹੋ ਗਿਆ। ਵਾਹ, ਬਿੱਲਾ ਜੀਜਾ ਤਾਂ ਕੋਈ ਨਹੀਂ ਮੱਚਿਆ, ਇਹ ਮੱਚੀ ਸੜੀ ਪਈ ਹੈ, ਸੁੱਕੀ ਸੜੀ ਬਣੀ ਪਈ ਇਹਨੂੰ ਕਹਤਾ ਈ? ਚੱਲ ਕੋਈ ਨਹੀਂ ਭਾਬੀ, ਚੁੱਪ ਕਰਨਾ, ਉਹ ਆਪਣੇ ਮਹਿਮਾਨ ਨੇ, ਕਿਉਂ ਬੋਲੀ ਜਾਂਦੀ? ਇੱਕ ਭੈਣ ਦੀ ਇੱਜ਼ਤ ਕਰਦੀ ਵੀ, ਮੇਰੀ ਵੱਡੀ ਭੈਣ ਆਈ ਕਿ ਦੁੱਖ ਸੁੱਖ ਨਾ ਕਰ ਲੈ, ਮੈਂ ਨਿਆਣੇ ਬਾਰੇ ਨਾ ਪੁੱਛੀ ਕੁਛ। ਬੋਲੀ ਜਾਂਦੀ ਹੈ, ਮੈਂ ਤਾਂ ਕੀ ਕਹਿਣਾ ਹੈ ਤੈਨੂੰ? ਮੈਂ ਕਿਹੜੇ ਤੇਰੇ ਬੰਦੇ ਨੂੰ ਚਾਹ ਕੇ? ਉਹ ਵੱਡੀ ਭੈਣ ਚਾਹ ਪੀ, ਚਾਹ ਪੀ ਲੈਣੀ ਹੈ ਮੈਂ ਚਾਹ, ਹੁਣ ਮਿੱਠਾ ਪਾ ਲਈ ਕਿ ਜ਼ਹਿਰ ਪਾ ਕੇ ਪਿਆ ਦੀ ਮੈਨੂੰ, ਇੱਥੇ ਮਾਰ ਲੈ ਭੈਣ ਨੂੰ ਵੀ, ਚਾਹ ਪੀ ਲੈ, ਚੁੱਪ ਕਰ। ਤੂੰ ਤਾਂ ਸਾਡੇ ਘਰ ਆਉਣਾ ਨਹੀਂ ਤੇ ਮੈਨੂੰ ਆਈ ਨੂੰ ਤੂੰ ਜਰਨਾ ਨਹੀਂ? ਤੇਰਾ ਜੀਜਾ ਬੜਾ ਲੈ ਕੇ ਆਉਂਦਾ ਈ ਮੈਨੂੰ ਤੇ ਕੋਈ ਨਾ, ਮੈਂ ਬਿੱਲੇ ਕੋਈ ਨਹੀਂ ਭੈਣ, ਜੀਜੇ ਨੂੰ ਬਿੱਲੇ ਵੀਰ ਨੂੰ ਮੈਂ ਕਹਾਂਗੀ ਸਭੋ ਬਾਬੀ ਨੂੰ ਲੈ ਕੇ ਜਾਈ ਭੈਣ ਕੇ। ਹਾਂ ਦੇਖ ਕਿੰਨੀ ਸਿਆਣੀ ਤੇਰੀ ਨਣਦ, ਤੂੰ ਤਾਂ ਓਏ ਜੀ ਐ ਜੇ ਜੀ ਕੁਵਾਰੀ ਹੁੰਦੀ ਸੀ ਨਾ ਬਾਪੂ ਦੇ ਘਰ ਲੜਦੀ ਸੀ, ਹੁਣ ਵੀ ਲੜਦੀ ਪਈ ਆ। ਇਹ ਭੈਣਾ ਭੈਣਾ ਦਾ ਪਿਆਰ ਹੀ ਹੁੰਦਾ ਭੈਣੇ, ਛੋਟੀ ਕੋਈ ਨੀ ਲੜਦੀ ਮੇਰੇ ਨਾਲ, ਸਾਰਾ ਦਿਨ ਪਿਆਰ ਨਾਲ ਰਹਿੰਦੀ ਮੇਰੇ ਕੋਲੇ, ਕਿੰਨਾ ਦਿਨ ਰਹਿ ਕੇ ਛੋਟੀ ਚੁੱਪ ਕਰਦੀ ਐ? ਮੈਂ ਤਾਂ ਗੱਲ ਦੱਸਦੀ ਤਾਰੋ ਭੈਣ, ਮੇਰੀ ਗੱਲ ਸੁਣ, ਕਿੰਨੇ ਦਿਨ ਮੇਰੇ ਘਰ ਰਹਿ ਕੇ ਜਾਂਦੀ, ਮੈਂ ਨਿਆਣੇ ਚੁਕਾਉਂਦੀ, ਪਾਣੀ ਭਰਵਾਉਂਦੀ, ਸਾਰਾ ਕੰਮ ਕਰਾਉਂਦੀ, ਸਾਡੇ ਸਾਰੇ ਬੋਕਰ ਮਾਰਦੀ ਏ,
मेरा बंदा जिंदा बसदा रहे मैं कि तेरा बिल्ला अग लाउणा मैं ते दोनों नु बहुत समझाउनी है बहन किथे गल सुन दे पहले ते बिल्ला ही एदां दा सी भाभी भी ओदां दी होगी पी ली चाह मैं तेरी देख किन्ने प्यार ना पियाई चाह गल्ला वेख कर दी मैं जीजे कोल जाने देख दी जीजा चल कोई नहीं बहन जा उधर घूम फिर लो तू मैनू तो कदे कुछ खवाया नहीं जा तेनू खवा दूंगा भाग जा जीजे कोले हां भाग जाने कोई गल नहीं मेरी गल सुन तारो जा तू मैनू ना कोई गंडा टोटा फड़ा दे मैं बैठी बैठी सिल लूंगी ठीक है बहन मैं करवानी है तेरे नाल दे दे एनू गंडा चल सबो भाभी एवें ना लड़ाई करी जाई हुन आ ले पड़ तेरा ग्लास की मैं रखना चाह पिया किसान कर दी ओए जी तू तो बस तू ले आ जा हुन मेरे नाल लड़ी जाएंगी बाहर चलिए कोई गल नी मैं तेरे कोले बह जाऊंगी फिर केड़ा की हो जाऊगा नाले बिंद चट गल्लां कोई गल नी सही गल मेरी गल सुन जेड़ा खाना पीना ओह इक पासे अज मैं फिल्म देखनी जवाब दिंदा तू भी ऐ रुकी बोलन लगे मेरे जीजा किन्ना चंगा झूठा लेना बड़ी दूर तक मोटरसाइकिल चला लेंदी थोड़ा थोड़ा मेरे पीछे बह के देख के झूठा लेके देख तेरे नाल दे पिंड कोई शहर लगदा की गल रुजू जाना
मैं जाने कानू सी मैं ब्लाउज लेके हूं गगरी है मेरे पास ओ कोई गल नहीं सली इनु सों सों जान दे पानी पूनी लेने गई ते पचले जावांगे दोनों हां मैंने दवा दी फिर पैसे कोई नहीं मेरे कोले ओ कोई गल नहीं सली ए गल ना क्यों करदी है नी अड्डू वाली ती मेरी ये हां सली अद्धी घर वाली हुंदी है ते बस तू अद्धी ऐ मैं गल्ला नाल अद्धी घर वाली बनाती बस कुसे कदे कुछ दवाई ना बस आज मीट कवा के कह दूंगा के मैं ओ दवाता ओ खवाता ओ सली तन्नु के ने 10 15 दिन इथे रह कोई गल नहीं हां कोई गल नहीं मैं महीना तक रहूंगी ते मेरी फुल सेवा कराऊंगी मैं ओ कोई फिर तू थक जाना ही है कि था मैं तो बाई सेवा कराउंदी है मैं कोई नहीं थकन वाला इने तो कुछ करना नहीं ना ही किते जाना है ना कुछ इने दबाउना है ते तू रे ते अपना चार दिन सिगरेट लवांगे और सही गल चल फिर मेरी फिल्म ते वक्त खाएंगा फिल्म मैं करदा लुट बस ते अपन कुछ खा पी लिए बना लिए ते तू बात करदे फिर क्या पी ली मैं क्या पी हां इते बाहर मच्छर बहुत है अंदर बैठ के फिल्म देखदे हैं सारे हां मैं उन्हें मच्छरदानी बनवा देंदी पहले हां इनु कहंदे सो जूगी पहले इन सो जान दी हां ठीक है फिर को टेलीविजन रौला करदा हां ओ किदी है दूसरी अपनी मीना किधर गई मीना ओती बैठी अंदर ओ छोटी है ना संगदी है जीजा ओ भी खाएगी मीट दिन हां खाऊगी खाऊगी ठीक है चल जीजा ਆੜਾ ਫਿਰ ਹੋਰ ਬਸ ਆ ਗਿਆ ਮੈਂ ਗੱਲਾਂ ਕਰਦੀਆਂ ਭੈਣਾ ਜੱਬੋ ਭੈਣਾ ਹਾਂ ਆ ਗਈ ਐਂ ਢੋਲਾ ਕਰਕੇ ਹੁਣ ਨੀ ਕਾਦਾ ਢੋਲਾ ਕਰਤਾ ਵੇਰ ਕਿ ਹੋ ਗਿਆ ਜੇ ਮੈਂ ਸੁਣਾਦੀਆਂ ਜੀਜੇ ਨੇ ਗੱਲਾਂ ਤੈਨੂੰ ਹਾਂ ਤੇਰੀ ਕੱਲੀ ਦਾ ਹੀ ਆਦਮੀ ਆ ਸਾਡਾ ਕਾਣੂ ਕੁਝ ਲੱਗਦਾ ਹਾਂ ਮੈਂ ਤੈਨੂੰ ਕੀ ਕੀ ਆਈ ਤੂੰ ਤਾਂ 24 ਘੰਟੇ ਸੂਈ ਲਾਲ ਰੱਖਦੀ ਐ ਨਹੀਂ ਨਹੀਂ ਸੂਈ ਲਾਲ ਰੱਖਦੇ ਤੈਨੂੰ ਪਤਾ ਬਹਿਣ ਤਾਂ ਫਿਰ ਬਹਿਣ ਹੀ ਹੁੰਦੀ ਐ ਨਾ ਦੇਖ ਜੇ ਜੀਜੇ ਨਾ ਮੈਂ ਗੱਲ ਨਾ ਕਰਦੀ ਨਾ ਜੀਜੇ ਨੇ ਕਹਿਣਾ ਸੀ ਕਿ ਤੇ ਦੋਨੇ ਬਹਿਣਾ ਖੁਸਰ-ਬੁਸਰ ਕਰਦੀਆਂ ਮੇਰੇ ਚੁਗਲੀਆਂ ਕਰਦੀਆਂ ਤੇ ਮੈਂ ਉਹਨੂੰ ਵੀ ਠੰਡੇ ਹੀ ਕਰ ਆਈ ਦੋਕ ਬਸ ਐਵੇਂ ਠੰਡੀਆਂ ਜੇ ਮਾਰੇ ਇੱਕ ਜੀਜਾ ਮੇਰੀ ਬਹਿਣ ਮਾੜੀ ਐ ਤੇਰੀ ਸੇਵਾ ਨਹੀਂ ਕਰਦੀ ਤੈਨੂੰ ਬੁਲਾਉਂਦੀ ਨਹੀਂ ਹੈਗੀ ਮੇਰੀ ਗੱਲ ਸੁਣ ਨੀ ਚੁਗਲੀਆਂ ਕਰਕੇ ਆਈ ਐ ਤੂੰ ਮੇਰੀਆਂ ਆਪੇ ਚੁਗਲੀਆਂ ਕਰਤੀਆਂ ਦੇਖ ਜੇ ਮੈਂ ਇੰਨੀਆਂ ਕਿ ਨਾ ਕਰਦੀ ਨਾ ਉਹਨੂੰ ਲੱਗਦਾ ਕਿ ਕੱਲੀ ਭੈਣ ਨੂੰ ਪਿਆਰ ਕਰਦੀ ਜੀਜੇ ਨੂੰ ਕੋਈ ਨਹੀਂ ਕਰਦੀ ਤੇ ਤੂੰ ਰੋਜ਼ ਹੀ ਉਹਨਾਂ ਬਹਾਨੇ ਜੇ ਲਾਉਂਦੀ ਰਹਿੰਦੀ ਆਈ ਦਿਨ ਹੱਸਣ ਖੇਡਣਦੀ ਆਈ ਮੀ ਕਮਲੀ ਮੈਂ ਉਹਨੂੰ ਕੀ ਕਿਹਾ ਆਈ ਹਾਂ ਕਹਿੰਦੀ ਵਾਕੜੀ ਮਟਿਆਰ ਘਰੇ ਬੈਠੀ ਹੈ ਮੈਂ ਉਹਦੇ ਕੋਲੇ ਜਾਂਦੀ ਚੰਗੀ ਲੱਗਦੀ ਹੈ ਤੇ ਕੋਈ ਗੱਲ ਨਹੀਂ ਮਟਿਆਰ ਬੈਠੀ ਹੈ ਉਹਨੂੰ ਕਿਹੜਾ ਪਤਾ ਨਹੀਂਗਾ ਕੁੜੀ ਨੂੰ ਭੈੜਾ ਲੱਗਦਾ ਆਈ ਮਟਿਆਰ ਜਵਾਨ ਹੈ ਹਾਂ ਤਾਂਯੋ ਮੇਰੇ ਕੋਲੇ ਕਰਦਾ ਸੀਗਾ ਬੁੜ ਬੁੜ ਫਿਰ ਉਹੀ ਗੱਲ ਤੇਰੀ ਐਵੇਂ ਬਾਪੂ ਨੂੰ ਕਹਿੰਦਾ ਸੀ ਤੈਨੂੰ ਕਹਿੰਦਾ ਮੈਂ ਨਾ ਬੋਲਦੀ ਕੋਈ ਨਹੀਂ ਬੋਲਦੀ ਕਿਆ ਨਹੀਂ ਐਵੇਂ ਕਰਦਾ 24 ਘੰਟੇ ਤਾਂ ਆਪ ਮੱਚੂ ਮੱਚੂ ਕਰਦਾ ਹੈ ਮੱਚੂ ਕਰਦਾ ਮੇਰੀ ਗੱਲ ਸੁਣ ਹਾਂ ਦੇਖ ਬੰਦਾ ਤਾਂ ਕਰਦਾ ਹੀ ਹੁੰਦਾ ਜੇ ਤਾਂ ਤੀਵੀਂ ਪਿਆਰ ਨਹੀਂ ਕਰੂਗੀ ਫਿਰ ਦੂਜੇ ਦਾ ਮੂੰਹ ਮਾਰੂ ਫਿਰ ਆ ਮੂੰਹ ਨਹੀਂ ਰਹਿਣਾ ਤੇਰਾ ਪਿਆਰ ਕਿਉਂ ਨਹੀਂ ਕਰਦੀ ਉਹਨੂੰ ਮੈਂ ਕਰਦੀ ਨਹੀਂ ਆਏਗੀ ਮੈਨੂੰ ਪਤਾ ਹੀ ਹੈ ਮੈਨੂੰ ਐਵੇਂ ਥੋੜੀ ਸ਼ਿਕਾਇਤਾਂ ਮੇਰੀ ਗੱਲ ਸੁਣ ਜਦੋਂ ਟੈਲੀਵਿਜ਼ਨ ਦੇਖਣ ਦਾ ਉਹ ਸ਼ੌਂਕ ਰੱਖਦਾ ਤੇ ਨਾਲ ਤੂੰ ਬਹਿ ਜਾ ਘਰ ਖੜੀ ਮੈਨੂੰ ਨਹੀਂ ਚੰਗਾ ਲੱਗਦਾ ਈ ਜਦੋਂ ਮੈਨੂੰ ਕਹਿੰਦਾ ਦੱਸਦਾ ਪਿਆ ਸੀ ਕਿ ਰੌਲਾ ਪਾਉਂਦਾ ਟੀਵੀ ਰੌਲਾ ਪਾਉਂਦਾ ਟੀਵੀ ਰੌਲਾ ਹੀ ਪਾਉਂਦਾ ਹੁੰਦਾ ਮੇਰਾ ਤਾਂ ਸਿਰ ਪਾੜਦਾ ਈ ਮੈਨੂੰ ਨਹੀਂ ਚੰਗਾ ਲੱਗਦਾ ਉਹੀ ਨਕਰੇ ਮਾਰਦੀ ਰਹਿੰਦੀ ਕਾਣੂ ਤੇਰਾ ਸਿਰ ਪਾੜਦਾ ਬਹਾਨੇ ਮਾਰਦੀ ਆ ਐਂ ਬੰਦਾ ਖੁੰਜਾ ਲੈਣਾ ਉੱਥੋਂ ਮੇਰਾ ਕੀ ਜਾਣਾ ਦੇਖ ਤੇਰਾ ਬਾਈ ਮੇਰੇ ਨਾਲ ਕਿੰਨਾ ਖੁਸ਼ ਰਹਿੰਦਾ ਹੈ ਇਹ ਤਾਂ ਐਵੇਂ ਸਾਰਾ ਦਿਨ ਮੱਚੂ ਮੱਚੂ ਕਰਦਾ ਹੁਣ ਮੈਂ ਸਾਰਾ ਕੰਮ ਘਰ ਦਾ ਕੰਮ ਕਰਦੀ ਹਾਂ ਮੈਂ ਕਿਹੜੇ ਵੇਲੇ ਉਹਦੇ ਕੋਲੇ ਜਾਵਾਂ ਮਟਿਆਰ ਜਵਾਨ ਕੁੜੀ ਆ ਘਰ ਜਦੋਂ ਤੂੰ ਘਰ ਦਾ ਕੰਮ ਕਰਦੀ ਆ ਦੋ ਗੱਲਾਂ ਉਹਦੀਆਂ ਮੰਨ ਲਏਂਗੀ ਤੇਰਾ ਕੀ ਗੱਸਦਾ ਮੇਰੀ ਬਾਤ ਸੁਣ ਜਦ ਦਿਨ ਭਰ ਤਾਂ ਸਾਰਾ ਦਿਨ ਬਾਹਰ ਰਹਿੰਦਾ ਈ ਸ਼ਾਮੀ ਘਰ ਆਉਂਦਾ ਤੇ ਉਦੋਂ ਮੈਂ ਕੰਮ ਕਰਕੇ ਥੱਕੀ ਹੁੰਨੀ ਆ ਤੂੰ ਥੱਕੀ ਹੁੰਨੀ ਆ ਉਹ ਤੁਹਾਡਾ ਢਿੱਡ ਬਾਲਦਾ ਉਹ ਕਾਹਨੂੰ ਥੱਕਿਆ ਹੁੰਦਾ ਸਾਰਾ ਦਿਨ ਸੁਰਮਾ ਵੇਚਦਾ ਪਿੰਡਾਂ 'ਚ ਪੈਦਲ ਤੁਰਿਆ ਫਿਰਦਾ ਹਾਂ ਤੇ ਫਿਰ ਹੋਰ ਕੌਣ ਭਰੇਗਾ ਢਿੱਡ ਉਹੀ ਭਰੇਗਾ ਜਦੋਂ ਵਿਆਹ ਕੇ ਲਿਆਇਆ ਜਦ ਤੂੰ ਪਿਆਰ ਨਾ ਰੱਖੇਂਗੀ ਨਾ ਤੇਰਾ ਢਿੱਡ ਵੀ ਨਹੀਂ ਕੋਈ ਭਰਦਾ ਉਹ ਛੱਡ ਕੇ ਤੁਰ ਜੂਗਾ ਦੇਖ ਲਈ ਫਿਰ ਇੰਨਾ ਸੋਹਣਾ ਚੱਲ ਤੂੰ ਤਾਂ ਮੈਨੂੰ ਹੀ ਬੋਲਣਾ ਆਈ ਤੂੰ ਕਾਹਨੂੰ ਉਹਨੂੰ ਕੁਛ ਕਹਿਣ ਆਈ ਤੂੰ ਤਾਂ ਜੀਜੇ ਦੀ ਬਣ ਕੇ ਬਹਿ ਗਈ ਹੈ ਨਹੀਂ ਜੀਜੇ ਦੀ ਕੋਈ ਨਹੀਂ ਬਣੀ ਮੇਰੀ ਗੱਲ ਸੁਣ ਦੇਖ ਹਾਂ ਮੈਂ ਤਾਂ ਤੇਰੀ ਭੈਣ ਆ ਮੈਂ ਤੈਨੂੰ ਹੀ ਕਹਿ ਸਕਦੀ ਉਹਨੂੰ ਥੋੜੀ ਮਾੜਾ ਕਹੂੰਗੀ ਮੈਂ ਹੁਣ ਹੋਰ ਹੋਰੀ ਗੱਲਾਂ ਨਹੀਂ ਕਰਦੀ ਉਹਨੂੰ ਨਾ ਕੁਛ ਕਹੀ ਮੈਨੂੰ ਹੀ ਕਹੀ ਅੱਛ ਮੇਰੀ ਗੱਲ ਸੁਣ ਫਿਰ ਹਾਂ ਲਸਣ ਕਿੱਥੇ ਪਈ ਹੈ ਗੰਡੀ ਪੇਟੀ ਥੱਲੇ ਮੈਂ ਲਿਆਉਂ ਚੱਕ ਕੇ ਲਿਆ ਮੈਂ ਇਹਨੇ ਗੰਡੇ ਚੀਰਦੀ ਆ ਹਾਂ ਕੋਈ ਗੱਲ ਨਹੀਂ ਬਣਾ ਕੇ ਦੇਗਾ ਤੈਨੂੰ ਬੱਕਰਾ ਉਹ ਖਾ ਲਈ ਤੂੰ ਹਾਂ ਤਾਰੋ ਕਿੱਧਰ ਗਈ ਤਾਰੋ ਨਹੀਂ ਮੈਨੂੰ ਦਿਸਦੀ ਤਾਰੋ ਵੀ ਇੱਥੇ ਹੋਣੀ ਆ ਅੰਦਰ ਮੈਨੂੰ ਲੱਗਦਾ ਮੀਨਾ ਨੂੰ ਲੈ ਕੇ ਪਾਣੀ ਲੈਣ ਗਈ ਇਹ ਘੜਾ ਚੱਕੀ ਫਿਰਦੀਆਂ ਸੀ ਹੋ ਸਕਦਾ ਗਈਆਂ ਹੋਣਗੀਆਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਲਸਣ ਚੱਕ ਕੇ ਲਿਆਉਂਦੀ ਚੀਰ ਫਿਰ ਬਣਾਈਏ ਕਿ ਬਣਾਉਂਦੇ ਬਣਾਉਂਦੇ ਬੱਕਰਾ ਧਰ ਲੈ ਹੁਣ ਕੋਈ ਗੱਲ ਨਹੀਂ ਧਰੂਗਾ ਮਸਾਲਾ ਤਾਂ ਤਿਆਰ ਕੋਈ ਨਹੀਂ ਕੀਤਾ ਪਹਿਲੀ ਜੀਜੇ ਤੇ ਚੜ ਜਾਂਦੀ ਆ ਉਹੀ ਲੜੀ ਜਾਂਦੀ ਰਹਿੰਦੀ ਆ ਠੰਡੀ ਰਿਆ ਕਰ ਥੋੜੀ ਮੋਟੀ ਜੇ ਉਹਨੂੰ ਪਿਆਰ ਨਾਲ ਬੋਲੇਗੀ ਤਾਂ ਠੰਡੀ ਵੀ ਰਿਆ ਕਰੇਗੀ ਆਪੇ ਸੁਭਾਅ ਤੇਰਾ ਬਦਲ ਜੇ ਮੈਂ ਕੀ ਕਹਿਣਾ ਆਈ ਉਹਨੂੰ ਚਲ ਤੂੰ ਕੁਛ ਨਹੀਂ ਕਹਿਣਾ ਮੈਂ ਜਾਂਦੀ ਲਸਣ ਲਿਆਉਂਦੀ ਆ ਐਵੇਂ ਮੈਨੂੰ ਬੋਲਦੀ ਰਹਿੰਦੀ ਐ ਸਾਰਾ ਦਿਨ ਮੈਂ ਉਹਨੂੰ ਕੀ ਕਹਿਤਾ ਈ ਦੱਸ ਮਟਿਆਰ ਜਵਾਨ ਕੁੜੀ ਆ ਖਰੇ ਹੁਣ ਚੰਗੇ ਲੱਗਦੇ ਆ ਪਲਾਏ ਜਾਂ ਕੁਛ ਕਰਦੇ
ਉਗੀ ਹੋਏ ਜੀ ਮਸਾਲਾ ਬਣਿਆ ਕੋਈ ਨਹੀਂ ਹੈ ਆ ਗਿਆ ਹੀ ਹੁਣ ਕੀ ਕਹਿੰਦਾ ਸੀ ਮੇਰੀ ਭੈਣ ਨੂੰ ਕੀ ਵਖਾਈ ਮਾਰਦਾ ਸੀ ਤੂੰ ਤੇਰੀ ਭੈਣ ਨੂੰ ਮੈਂ ਕੀ ਕਹਿਣਾ ਸੀ ਮੈਂ ਤੈਨੂੰ ਕਿਹਾ ਮੇਰੇ ਅੱਖੇ ਕੋਈ ਨਹੀਂ ਲੱਗਦੀ ਹੈ ਆਖੇ ਕਿਉਂ ਨਹੀਂ ਲੱਗਦੀ ਹੈ ਚੰਗਾ ਲੱਗਦਾ ਹੈ ਜੇ ਕੁਛ ਕਰਦਾ ਮਟਿਆਰ ਜਵਾਨ ਕੁੜੀ ਹੈ ਘਰ ਸੰਗ ਕੋਈ ਨਹੀਂ ਤੈਨੂੰ ਤਾਰੋ ਦੀ ਸੰਗ ਕੋਈ ਨਹੀਂ ਹੈ ਸੰਗ ਹੁਣ ਮੇਰੇ ਸੰਗ ਦੇ ਵਿੱਚ ਮੈਂ ਇੱਧੇ ਹੀ ਰਹਿ ਜਾਣਾ ਹੀ ਹਾਂ ਇੱਧੇ ਰਹਿ ਜਾਣਾ ਹੀ ਉਹੀ ਬੋਲਦੇ ਰਹਿੰਦੇ ਸਾਰਾ ਦਿਨ ਤੂੰ ਉਹਨੂੰ ਕੀ ਕਹਿੰਦਾ ਸੀਗਾ ਉਹਨੂੰ ਕੀ ਕਹਿਣਾ ਫਿਰ ਮੈਂ ਡੈਡੀ ਕੋਈ ਨਹੀਂ ਬਣਨਾ ਕਿਸੇ ਦਾ ਹਾਂ ਬਣਨਾ ਹੀ ਹੈ ਨਾ ਡੈਡੀ ਮਟਿਆਰ ਕੁੜੀ ਬੈਠੀ ਆ ਕਰੇ ਉਹਦੀ ਤਾਂ ਕੋਈ ਸੰਗ ਨਹੀਂ ਹੈ ਇਹਨੂੰ ਸੰਗ ਨਹੀਂ ਹੈ ਸੰਗ ਸੰਗ ਦੇ ਵਿੱਚ ਫਿਰ ਮੈਂ ਇੱਧੇ ਹੀ ਰਹਿ ਜਾ ਫਿਰ ਮੈਂ ਵਿਆਹ ਹੀ ਕਿਉਂ ਕਰਵਾਇਆ ਸੀ ਤੇਰੇ ਨਾਲ ਜੇ ਇੱਧੇ ਹੀ ਰਹਿਣਾ ਸੀ ਤਾਂ ਸੰਗ ਮੰਨ ਲੈ ਮਟਿਆਰ ਕੁੜੀ ਆ ਕਰੇ ਉਹ ਕੋਈ ਗੱਲ ਨਹੀਂ ਫਿਰ ਥੋੜੇ ਡੇ ਮਤ ਮਟਿਆਰ ਕੁੜੀ ਮਟਿਆਰ ਮੈਂ ਉਸੇ ਦਾ ਹੀ ਫਾ ਵੱਢ ਦੇਣਾ ਉਹਦੇ ਹੀ ਵਿਆਹ ਕਰਨਾ ਹੀ ਉਹਦੇ ਤਾਂ ਮਗਰ ਹੀ ਪਿਆ ਪਿਆ ਹੈ ਤੂੰ ਦੂ ਹੀ ਨਹੀਂ ਹੁਣ ਦਿੰਦੀ ਉਹ ਤਾਂ ਚੰਗੀ ਨਹੀਂ ਲੱਗਦੀ ਤੈਨੂੰ ਜਾ ਕੇ ਉਹਦੇ ਕੋਲ ਬਹਿ ਜਾਂਦੀ ਵਿਆਹ ਉਹਦੇ ਨਾਲ ਹੋਇਆ ਜੇ ਮੇਰੇ ਨਾਲ ਹੋਇਆ ਇਧਰ ਮੈਂ ਮੰਨਦੀ ਆ ਤੇਰੇ ਨਾਲ ਵਿਆਹ ਹੋਇਆ ਹੀ ਹੁਣ ਉਹ ਮਟਿਆਰ ਸੰਗ ਮਨ ਮੜੀ ਮੋਟੀ ਹਾਂ ਸੰਗ ਮਨ ਜਾ ਕੇ ਉਧਰ ਬਹਿ ਜਾਂਦੀ ਹੈ ਕਿ ਮੈਂ ਤਾਰੂ ਕੋਲ ਬਹਿ ਨਹੀਂ ਹਾਂ ਤੂੰ ਹੁਣ ਮੈਂ ਮਤਰੀ ਲੱਤ ਵੱਢ ਦੇਣੀ ਹੈ ਮਿੰਟ ਚ ਸਾਲੀ ਦਾ ਬਣ ਕੇ ਬਹਿ ਗਿਆ ਹੈ ਸਾਲੀ ਦੇ ਵਰ ਬਣੇ ਨੇ ਤੇ ਹੋਰ ਕੀ ਕਰ ਉਹ ਤੇ ਮਜ਼ਾ ਆਈ ਹੈ ਵਿਚਾਰੀ ਮਜ਼ਾ ਆਈ ਹੈ ਤੂੰ ਤੇ ਇੱਥੇ ਰਹਿਣਾ ਮੇਰੇ ਮੱਥੇ ਵੱਜਦੀ ਸਾਰਾ ਦਿਨ ਹਾਂ ਮੈਂ ਕੋਈ ਨਹੀਂ ਚੰਗੀ ਲੱਗਦੀ ਤੈਨੂੰ ਤੂੰ ਚੰਗੀ ਕੋਈ ਨਹੀਂ ਮੈਂ ਕਿੱਥੇ ਚੰਗੀ ਲੱਗਦੀ ਹੈ ਤੈਨੂੰ ਤੈਨੂੰ ਸਾਲੀ ਚੰਗੀ ਲੱਗਦੀ ਹੈ ਜਿਹੜੀ ਹੁਣ ਆਈ ਹੈ ਉਹ ਚੰਗਾ ਮਸਾਲਾ ਬਣਾਉਂਦੇ ਆ ਰੋਜ਼ ਇੱਕ ਸਬਜ਼ੀ ਕੋਈ ਨਹੀਂ ਖਾਂਦਾ ਮੈਂ ਤਾਂ ਬੜੇ ਬੱਕਰੇ ਬਣਾ ਬਣਾ ਦਿੰਨਾ ਹੀ ਮੈਨੂੰ ਤਾਂ ਕਦੇ ਕੁਝ ਬਣਾ ਕੇ ਨਹੀਂ ਦਿੱਤਾ ਹੀ ਤੂੰ ਉਹ ਚਲ ਚੰਗਾ ਤੂੰ ਮਸਾਲਾ ਬਣਾਉਂਦੇ ਹੁਣ ਗੱਲਾਂ ਨਾ ਮਾਰ ਬੱਲਾ ਮਾਰ ਦੀ ਕੰਮ ਕੋਈ ਨਹੀਂ ਹੁੰਦਾ ਤੂੰ ਕੰਮ ਕਿਉਂ ਨਹੀਂ ਹੁੰਦਾ ਬਣ ਗਿਆ ਸਾਲੀ ਦਾ ਮਿੰਟ ਚ ਕਿਉਂ ਜ਼ਲੀ ਮੀਟ ਸਵਾਦ ਬਣਿਆ ਸੀ ਬੜੇ ਹੀ ਸਵਾਦ ਸੀ ਜਦ ਤੇਰੇ ਹੱਥ ਦਾ ਬਣਿਆ ਸੀ ਸਵਾਦ ਕਿਉਂ ਨਾ ਹੋਵੇ ਕੀ ਗੱਲ ਮੀਨਾ ਬੋਲ ਨਹੀਂ ਰਹੀ ਸਵਾਦ ਸੀ ਨਾ ਹਾਂ ਜੀ ਜੀ ਸਵਾਦ ਸੀ ਹਾਂ ਸਵਾਦ ਸੀ ਥੋੜੀ ਮਿਰਚੀ ਜ਼ਿਆਦਾ ਪਈ ਸੀ ਮੈਂ ਨਮਕੀਨ ਰੱਖਦਾ ਹੀ ਸਭ ਬਾਬੀ ਦੇਖ ਲੈ ਆਪਣੇ ਲਈ ਤੇ ਵੀਰੇ ਨੇ ਕਦੇ ਸਬਜ਼ੀ ਨਹੀਂ ਬਣਾਈ ਅੱਜ ਤੱਕ ਤੇ ਆਪਣੀ ਸਾਲੀ ਤੇ ਆਪ ਤੜਕਾ ਸਾਲੀ ਦਾ ਚਾਹੀ ਵਾਲਾ ਕਰ ਗਿਆ ਇਹ ਤਾਂ ਉਹ ਲੈ ਸਾਲੀ ਮੇਰੀ ਮਸਾ ਆਈਆਂ ਨੇ ਸਾਲੀ ਨੂੰ ਤੇ ਕੁਝ ਕਰਨਾ ਹੀ ਹੈ ਫਿਰ ਦੇਖ ਤਾਰੋ ਸਾਲੀ ਦੇ ਨਾਂ ਨੂੰ ਤਾਂ ਰਿਛ ਵੀ ਟੱਪ ਉੱਡਦਾ ਏ ਤਾਂ ਫੇਰ ਵੀ ਮੇਰਾ ਜੀਜਾ ਯਾਰ ਸਹੀ ਗੱਲ ਹੈ ਭੈਣਾ ਸਾਡੇ ਹੁੰਦੇ ਤੇ ਚੌਂਕੇ ਤੇ ਨਹੀਂ ਚੜਦਾ ਪਾਣੀ ਵੀ ਕਹੇਗਾ ਸਭੋ ਲਿਆ ਦੇ ਤਾਰੋ ਲਿਆ ਦੇ ਉਹ ਤੇ ਫਿਰ ਤੂੰ ਤੇ ਰੋਜ਼ ਇੱਥੇ ਰਹਿਣਾ ਇੰਨਾ ਵਿਚਾਰੀ ਨੇ ਦੋ ਦਿਨ ਆਏ ਨੇ ਕੱਲ ਬਾਹਰ ਕਦੇ ਆਉਣਾ ਹੀ ਸਹੀ ਐਸੇ ਨੂੰ ਤਾਂ ਪਿਆਰ ਕਹਿੰਦੇ ਆ ਹਾਂ ਰੋਜ਼ ਇੱਥੇ ਥੋੜਾ ਮੀਟ ਬਣਾਈ ਜਾਵਾਂਗੇ ਹੁਣ ਤੁਹਾਨੂੰ ਕੋਈ ਗੱਲ ਨਹੀਂ ਸਾਡੇ ਹਾਂ ਸਾਨੂੰ ਮੀਟ ਤੂੰ ਕਦੋਂ ਬਣਾ ਕੇ ਦਿੰਨਾ ਹੀ ਕੋਈ ਗੱਲ ਨਹੀਂ ਖਾ ਲਈ ਤੇ ਮੀਟ ਵੀ ਖਾਦਾ ਹੀ ਆ ਤੂੰ ਹੋਰ ਖਾ ਲੈਂਦੀ ਇਹਦੇ ਡਿੱਡ ਦੇ ਵਿੱਚੋਂ ਕੱਢਣ ਵਾਲਾ ਕਰ ਰੱਖਿਆ ਈ ਬਹਿਣੇ ਤੇਰੀ ਮੜੀ ਮੁੱਡੀ ਸ਼ਰਮ ਕਰ ਇਹ ਬਹਿਣਾ ਮੈਂ ਇਹਦੇ ਨਾਲ ਸੁਰਮਾ ਵੇਚਣ ਜਾਣੀ ਹੈ ਨਾ ਤੇ ਆ ਕੇ ਮੇਰੇ ਤੋਂ ਹੀ ਪਾਣੀ ਮੰਗੇਗਾ ਤੇ ਮੈਂ ਵੀ ਤੇ ਤੇਰੇ ਨਾਲ ਹੀ ਆਈ ਹਾਂ ਸੋਚ ਨਾ ਲਾ ਨਾ ਕਰ ਵੇ ਤੇਰੀ ਭੈਣ ਆ ਛੋਟੀ ਫੇਰ ਵੀ ਕਦੇ ਤਾਂ ਸੋਚ ਲਿਆ ਕਰ ਓ ਲੈ ਰੱਜੋ ਫਿਰ ਹੁਣ ਘਰ ਵਾਲੇ ਕੰਮ ਵੀ ਆ ਕੇ ਮੈਂ ਹੀ ਕਰਨੇ ਨੇ ਓਏ ਪਾਣੀ ਫੜਾਉਣਾ ਤੇ ਇਹਨਾਂ ਦਾ ਕੰਮ ਹੀ ਨਾ ਵੀ ਹੁਣ ਵੀ ਆਰਾਮ ਕਰਨ ਦਿਆ ਕਰ ਜਵਾਕੜੀ ਤੇਰੇ ਨਾਲ ਪਿੰਡ ਪਿੰਡ ਤੂਰੀ ਫਿਰਦੀ ਤੂੰ ਤਰਸੀ ਨਹੀਂ ਕਰਦਾ ਇਹ ਤਾਂ ਭੈਣ ਭਰਾ ਸਾਰਾ ਦਿਨ ਆਹੀ ਕਰਦੇ ਆ ਇੱਕ ਦੂਜੇ ਨਾਲ ਲੜਦੇ ਰਹਿੰਦੇ ਆ ਸਾਰਾ ਦਿਨ ਚੱਲ ਕੋਈ ਨਹੀਂ ਇਹਨਾਂ ਦੋਨੇ ਭੈਣ ਭਾਈ ਦਾ ਪਿਆਰ ਆ ਨਾ ਬਣਾ ਪਿਆਰ ਹੈ ਇਹਨਾਂ ਦਾ ਇਹ ਤੇ ਖਾ ਕੇ ਰੋਟੀਆਂ ਬਸਾਂ ਨਹੀਂ ਮਾਰਦੀਆਂ ਸੁੱਤੀ ਰਹਿੰਦੀ ਆ ਕਿ 12 ਵਜੇ ਠੌਣਾ ਇਹਨੂੰ ਫੇਰ ਉੱਠਦੀ ਏ ਫੇਰ ਕਹਿੰਦੀ ਰੋਟੀ ਬਣਾ ਦਿੰਨੀ ਆ ਗਰਾੜੇ ਤੇ ਗਰਾੜਾ ਨਾ ਛੱਡਿਆ ਕਰ ਉੱਠ ਜਾ ਕਦ ਬਹਿਨੀਆਂ ਭੈਣੇ ਸਾਰਾ ਕੰਮ ਕਰਦੀਆਂ ਕਰਦਾ ਫੇਰ ਕਿਤੇ ਜਾ ਕੇ ਪੈਣੀ ਆ ਤੇ ਤਾਰੋ ਨਹੀਂ ਕੰਮ ਕਰਦੀ ਉਹ ਤਾਂ ਕੋਈ ਨਹੀਂ ਕਹਿੰਦੀ ਮੈਂ ਕੰਮ ਕਰਦੀ ਆ ਗੁੱਲਾਂ ਮਾਰਦੀਆਂ ਨੇ ਕੋਈ ਹੋਰ ਕੁਝ ਨਹੀਂ ਹੈ ਕੰਮ ਕੋਈ ਨਹੀਂ ਕਰਨਾ ਇਹਨਾਂ ਨੇ ਬੜੀ ਸੋਹਣੀ ਆ ਤੂੰ ਹੀ ਕਰਦਾ ਹੀ ਕਰਦਾ ਕੰਮ ਤੇ ਸਾਡੇ ਕੰਮ ਹੀ ਨਹੀਂ ਲੱਗਦੇ ਇਹ ਤੇ ਇਹੀ ਕਹਿੰਦਾ ਮੈਂ ਹੀ ਕੰਮ ਕਰਦਾ ਸਾਰਿਆਂ ਤੇ ਹਾਂ ਮੈਂ ਤੇ ਫਿਰ ਕਰਦਾ ਹੀ ਨਾ ਕੰਮ ਤੇ ਸਾਰਾ ਕਰਤਾ ਮੇਰੇ ਸਿਰ ਤੇ ਚੱਲ ਰਿਹਾ ਮੇਰੇ ਜੀਜੇ ਨੇ ਮੈਨੂੰ ਬੱਕਰਾ ਖਵਾਈ ਨਾ ਤੇ ਰੱਬ ਨੇ ਠੰਡ ਜੀ ਕਰਤੀ ਹੈ ਦੇਖ ਹਾਂ ਕਰਤੀ ਹੈ ਠੰਡ ਇਹਨੇ ਤਾਂ ਮੱਥੇ ਵੱਟ ਪਾਈ ਰੱਖਣਾ ਪਤਾ ਨਹੀਂ ਕਿਹੋ ਜੀ ਬਣੀ ਪਤਾ ਨਹੀਂ ਕੀ ਥੋੜੇ ਦਿਨਾਂ ਵੇਣਾ ਦੇ ਵਿੱਚ ਫਰਕ ਹੈ ਇਹ ਵੀ ਤਾਂ ਥੋੜੀ ਬੈਣੀ ਹੈ ਦੇਖੋ ਕਿੰਨੀ ਸਿਆਣੀ ਹੈ ਚੁੱਪ ਬੈਠੀ ਹੈ ਵਿਚਾਰੀ ਉਹ ਨਿਆਣੀ ਹੈ ਲੈ ਅੱਜ ਕੋਈ ਨਹੀਂ ਬੋਲਦੀ ਘਰ ਵਾਲੀ ਹੋਵੇ ਤੇ ਇਹ ਜੀ ਹੋਵੇ ਵੈਸੇ ਚੁੱਪੀ ਰਹੇ ਜਿਹੜੀ ਸੁਣੀ ਗੱਲ ਹਾਂ ਤੈਨੂੰ ਮੈਂ ਕਿਉਂ ਚੰਗੀ ਲੱਗਦੀ ਹੈ ਛੋਟੀ ਆ ਜੇ ਬੱਲੇ ਵੀਰ ਤੇ ਵੱਡੀ ਹੋ ਗਈ ਜਿੰਨੀ ਨਿੱਕੀ ਉਹਨੀ ਤਿੱਖੀ ਹਾਂ ਸਹੀ ਕਿਹਾ ਤੂੰ ਸਹੀ ਕਿਹਾ ਵੀਰਦਾਰੀ ਜਦ ਗੱਲ ਪੈ ਜਾਂਦੀ ਹੈ ਨਾ ਸਭ ਕੁਝ ਪਤਾ ਲੱਗ ਜਾਂਦਾ ਹੈ ਸਭ ਬਾਬੀ ਹੈ ਜਿਹੜੀ ਤੈਨੂੰ ਬਰਦਾਸ਼ਤ ਕਰਦੀ ਰਹਿੰਦੀ ਹੈ ਸਾਰਾ ਦਿਨ ਹੁਣ ਸਾਡੇ ਕੋਲ ਕਦੀ ਆਉਣਾ ਤੂੰ ਸੇਵਾ ਦਾ ਮੌਕਾ ਦੇ ਦੀ ਹੁਣ ਉਹ ਮੈਂ ਤਾਂ ਫੇਰ ਹੀ ਆਵਾਂ ਜੇ ਕਹੇ ਤਾਂ ਕੋਈ ਟਾਈਮ ਹੀ ਨਹੀਂ ਦੇ ਰਹੀ ਹੁਣ ਮੈਂ ਕਦੋਂ ਕਹਿੰਦੀ ਆ ਮੈਨੂੰ ਕਦੇ ਲੈ ਕੇ ਆਇਆ ਹੀ ਕਿਤੇ ਨਹੀਂ ਲੈ ਕੇ ਜਾਂਦਾ ਮੈਨੂੰ ਭੈਣ ਮੈਂ ਭੇਜਾਂਗੀ ਹੁਣ ਇਹਨਾਂ ਨੂੰ ਠੀਕ ਹੈ ਭੈਣ ਜ਼ਰੂਰ ਭੇਜਣਾ ਤੂੰ ਬਸ ਤਾਰੋ ਦਾ ਕੁਝ ਕਰਦੇ ਫਿਰ ਅਸੀਂ ਤੇਰੇ ਕੋਲ ਆ ਜਾਣਾ ਹੀ ਮੈਂ ਤੇ ਇਹ ਕਹਿੰਦਾ ਤੁਸੀਂ ਇੱਥੇ ਹੀ ਲੈ ਜਾਓ ਸਾਡੇ ਇੱਥੇ ਹੀ ਰਹਿਣ ਲੱਗ ਜਾਓ ਦੇਖ ਤਾਰੋ ਦੇ ਵਿਆਹ ਦਾ ਇਕੱਠ ਹੋਣਾ ਹੀ ਹੋਣਾ ਮੈਂ ਕਹਿੰਦੀ ਤਾਰੋ ਵਿਆਹ ਤੋਂ ਪਹਿਲਾਂ ਤੂੰ ਵੀ ਪਹਿਲਾਂ ਸਾਡੇ ਕੋਲੇ ਆ ਜਾ ਹਾਂ ਭੈਣ ਮੈਂ ਜ
ਤੁਸੀਂ ਦੇਖ ਲਓ ਟੀਵੀ ਕੋਈ ਗੱਲ ਨਹੀਂ ਜਾ ਕੇ ਤੂੰ ਬਹਿ ਜਾ ਸੌਣ ਦੇ ਮੈਨੂੰ ਤਾਂ ਇਹ ਬਹਾਨੇ ਬਣਾ ਕੇ ਜਾਂਦੀ ਮੇਰੇ ਸਾਹਮਣੇ ਵੀ ਦੇਖ ਆਏ ਨਹੀਂ ਹੈਗੀ ਘੜੀ ਬਿੰਦ ਬਹਿ ਜਾ ਸਭ ਬਾਬੀ ਥੱਕ ਜਾਂਦੀ ਹੈ ਸਾਰਾ ਦਿਨ ਕੰਮ ਬੜਾ ਹੁੰਦਾ ਤੂੰ ਕਿਹੜਾ ਥੱਕਦੀ ਨਹੀਂ ਤੂੰ ਵੀ ਬੈਠੀ ਆ ਨਾ ਉਸ ਵਾਲੀ ਮੈਨੂੰ ਇਹ ਦੱਸ ਵੀ ਤੂੰ ਫਿਲਮ ਕਿਹੜੀ ਵੇਖੇਂਗੀ ਹੁਣ ਮੈਂ ਤਾਂ ਉਹ ਨਹੀਂ ਤਾਰੋ ਚੱਲਦਾ ਉਹ ਜੋ ਜੋ ਸੀਰੀਅਲ ਜੋ ਚੱਲ ਰਿਹਾ ਹੈ ਹਾਂ ਉਹ ਦੇਖੋ ਮੈਨੂੰ ਬਾਲੀ ਸੋਹਣੀ ਲੱਗਦੀ ਉਹ ਦੇ ਸਿਤਾਰੇ ਲੱਗੇ ਤੇ ਮੈਂ ਉਹ ਹੀ ਉਹ ਸਰਦਾਰ ਵਾਲੀ ਵੀਡੀਓ ਵੇਖਣੀ ਹੈ ਚੱਲ ਸਾਲੀ ਆ ਜੇ ਫਿਰ ਆਪਾਂ ਚੱਲਦੇ ਅੰਦਰ ਆ ਟੀਵੀ ਵੇਖਦੇ ਆ ਇਹਨੂੰ ਸੌਂ ਜਾਣ ਦੇ ਨੂੰ ਨਾ ਠਾਏ ਹੁਣ ਚੱਲ ਅੱਜ ਮੈਂ ਵੀ ਦੇਖਦੀ ਆ ਨਹੀਂ ਤੇ ਮੈਨੂੰ ਵੀ ਟਾਈਮ ਨਹੀਂ ਮਿਲਦਾ ਉਤਾਰੋ ਤੂੰ ਫਿਰ ਸਵੇਰੇ ਜਲਦੀ ਉੱਠਣਾ ਹੀ ਤੂੰ ਬਹਿ ਜਾ ਆਪਣਾ ਹਾਂ ਇਹਨੇ ਵਿੱਚ ਟੰਗ ਫਸਾਉਣੀ ਹੁੰਦੀ ਹੈ ਸਾਡੇ ਬਹਾਨੇ ਇਹ ਵੀ ਦੇਖ ਲੂ ਕੱਲੀ ਕਿੱਥੇ ਓਏ ਆਪਾਂ ਜੀਜੇ ਸਾਲੀ ਵੇਖ ਲੈਂਦੇ ਦੋਨੋਂ ਚੱਲ ਫਿਰ ਜਿਵੇਂ ਤੇਰੀ ਮਰਜ਼ੀ ਤਾਰੋ ਤੂੰ ਸੌਂ ਜਾ ਕੇ ਉਹਦੇ ਕੋਲ ਜਾ ਖਿਆਲ ਰੱਖ ਲਈ ਉਹਦਾ ਚੱਲ ਕੋਈ ਨਹੀਂ ਹਾਂ ਚਲੋ ਅੱਜ ਸਾਲੀ ਅੰਦਰ ਆ ਜਾ ਆਪਾਂ ਦੇਖਦੇ ਆ ਫਿਲਮ ਹਾਂ ਤੁਹਾਨੂੰ ਕੋਈ ਜਿੰਕੀ ਸਰੋਪ ਦੀ ਹਿੰਦੀ ਦਿਖਾਉਣਾ ਵਧੀਆ ਦੂਧ ਕਾ ਗਰਜ ਵਰਗੀ ਚੱਲ ਹਿੰਦੀ ਫਿਲਮ ਦਿਖਾ ਦੇ ਕੋਈ ਵੀ ਲਾ ਲਾ ਮੈਂ ਤਾਂ ਟੀਵੀ ਬਣੀ ਜੱਕਣਾ ਆ ਜਾ ਹਾਂ ਬਿੰਦ ਚੱਟ ਦਿਲ ਲੱਗ ਜਾ ਓਏ ਆ ਜਾ ਸਾਲੀ ਲੈ ਸੱਟ ਕਿੱਥੇ ਪਈ ਸਾਰਾ ਕੁਝ ਆ ਦੇਖ ਲੈ ਆ ਫਿਲਮ ਬਹੁਤ ਸੋਹਣੀ ਹੈ ਨਹੀਂ ਬੈਠ ਜਾਨੇ ਓ ਜਲ ਬਈ ਇਕੜਾ ਮਾਮਾ ਰੇਂਜ ਕਿਚ ਤੇ ਰਹੀ ਸਭ ਸੁੱਤੀ ਨਹੀਂ ਮੈਨੂੰ ਕਿੱਥੇ ਬੈਠਣ ਦੇਣਾ ਤੁਹਾਡੇ ਕੋਲ ਆਪਾਂ ਗੱਲਾਂ ਬਾਤਾਂ ਕਰਨੀਆਂ ਇੱਧਰ ਮੈਨੂੰ ਬਚਾਲੇ ਬਿਠਾਓ ਇੱਧਰ ਪਾਸਾ ਮਾਰੀ ਦੇਖ ਬਹੁਤ ਸੋਹਣੀ ਮੰਮੀ ਦੇਖ ਕੀ ਜੀਜਾ ਜਮਾ ਹੀ ਆਪਣੀ ਤਾਰੋ ਲੱਗਦੀ ਹੈ ਨਾ ਤਰ ਤੇਰੇ ਵਰਗੀ ਆ ਕੋਣੋ ਕੱਢ ਲਾ ਤੈਨੂੰ ਬਿਠਾ ਦੇ ਵਿੱਚ ਹਾਂ ਭੈਣ ਬਿਲਕੁਲ ਮੇਰੇ ਵਰਗੀ ਇਹ ਹੀਰੋ ਵੀ ਮੇਰੇ ਵਰਗਾ ਲੱਗਣ ਡਿਆ ਹੀ ਹਾਂ ਤੂੰ ਤਾਂ ਸੋਹਣਾ ਵਾਲਾ ਨਾ ਤੇਰੇ ਵਰਗਾ ਉਸਾਲੀ ਕੀ ਕਰੀ ਹੈ ਜੀ ਕਾਨੂੰ ਸੋਹਣਾ ਸੋਹਣਾ ਲਈਏ ਤੇ ਪਹਿਲੇ ਨਹੀਂ ਮਾਨ ਹਾਂ ਬਹਿਲੀ ਨਹੀਂ ਮਨ ਸੋਹਣਾ ਹੀ ਤੇ ਸੋਹਣਾ ਹੀ ਕਹਿਣਾ ਹੈ ਮੈਂ ਉਹ ਕਾਹੇ ਕਹਤਾ ਨਾ ਵੀ ਤਾਰੋ ਵਰਗਾ ਤੈਨੂੰ ਕਹਿੰਦਾ ਤੇ ਤਾਰੋ ਵਰਗੀ ਹੈ ਤਾਂ ਕਹਤੀ ਓ ਕੋਈ ਗੱਲ ਨਹੀਂ ਫਿਲਮ ਵੇਖ ਲਓ ਤੁਸੀਂ ਕਿਉਂ ਰੋਲਾ ਪਾਈ ਨਹੀਂ ਰੋਲਾ ਤਾਂ ਨਹੀਂ ਪਰ ਉਹ ਮੇਰਾ ਦਿਲ ਲੱਗ ਗਈ ਛੋਡੇ ਆ ਕੇ ਭਲਾਈ ਜੀ ਲੱਗਾ ਸਾਡੇ ਵੀ ਭੈਣ ਦਿਲ ਲੱਗ ਗਿਆ ਮੈਂ ਤਾਂ ਨਹੀਂ ਕਦੇ ਬੈਠ ਕੇ ਟੀਵੀ ਨਹੀਂ ਦੇਖਿਆ ਚਲ ਅੱਜ ਤਾਂ ਦੇਖਿਆ ਸਾਡੇ ਨਾਲ ਤੁਸੀਂ ਕਿੰਨੇ ਦਿਨ ਹੋਰ ਰੁਕਣਾ ਵਧੀਆ ਦਿਲ ਲੱਗਿਆ ਹੋਇਆ ਅਸੀਂ ਬਸ ਦੇਖਦੇ ਆ ਮੈਂ ਪੁੱਛ ਲੈਣਾ ਆ ਫਿਰ ਰਹਿ ਜਾਾਂਗੇ ਹਾਂ ਵੇਖ ਸਾਲੀ ਕਿੰਨੀ ਸੋਹਣੀ ਮੂਵੀ ਹੈ ਹਾਂ ਜੀ ਜੀ ਬੜੀ ਸੋਹਣੀ ਹੈ ਹਾਂ ਤੂੰ ਇਹ ਵੀ ਨਹੀਂ ਵੇਖੀ ਨਾ ਨਹੀਂ ਮੈਂ ਤਾਂ ਪਹਿਲੀ ਵਾਰੀ ਦੇਖ ਰਹੀ ਹਾਂ ਓਏ ਤੂੰ ਇੱਥੇ ਰਹਿਣਾ ਮੇਰੇ ਕੋਲੋਂ ਠੀਕ ਹੈ ਹਾਂ ਕੋਈ ਜਾਣਾ ਜੁਣਾ ਨਹੀਂ ਇਹ ਜਾਂਦੀ ਤੇ ਜਾਵੇ ਹਾਂ ਸਾਲੀ ਨੂੰ ਰੱਖ ਲਾ ਛੋਟੇ ਨੂੰ ਉਹ ਰੱਖਣਾ ਹੀ ਹੈ ਫਿਰ ਹਾਂ ਸਾਲੀ ਇਹ ਕਿੱਥੇ ਰਹਿ ਜੂਗੀ ਬਿੱਲੇ ਇਹ ਤੇ ਕੱਲ ਹੀ ਬਹਿਣ ਨੂੰ ਕਹੀ ਜਾਂਦੀ ਸੀ ਕਿ ਮੇਰਾ ਦਿਲ ਨਹੀਂ ਲੱਗਦਾ ਤੇ ਚੱਲ ਚੱਲੀਏ ਨਾਲੇ ਤੇ ਜੀਜਾ ਕਹਿੰਦਾ ਟੈਲੀਵਿਜ਼ਨ ਦੇਖ ਲੋ ਨਾਲੇ ਸੁਣਨ ਕੋਈ ਨਹੀਂ ਦਿੰਦਾ ਗੱਲ ਕੀ ਬੋਲਦੇ ਕੀ ਬੋਲਦੇ ਉਹ ਚੁੱਪ ਕਰ ਜੇ ਤੁਸੀਂ ਐਵੇਂ ਨਾ ਬਗਾਈ ਮਰੇ ਜੋ ਆਪਣੀ ਤੂੰ ਹੀ ਮਰੀ ਜਾਂਦੀ ਤੂੰ ਇੱਥੇ ਰਹਿਣਾ ਮੇਰੇ ਕੋਲ ਠੀਕ ਹੈ ਤੇ ਆਪੀ ਹੈ ਬਹਿਣ ਮੈਂ ਤਾਂ ਪਹਿਲੇ ਨਹੀਂ ਹੁੰਦੀ ਉਹ ਚੁੱਪ ਕਰ ਜੇ ਤਾਰੋ ਮੂਵੀ ਵੇਖ ਲੋ ਚੁੱਪ ਕਰਕੇ ਇਹਦੇ ਬਕਵਾਸ ਮਾਰਦੀ ਰਹਿਣਗੇ ਤੂੰ ਫਿਲਮ ਵੇਖ ਲੈ ਕਿੰਨੀ ਸੋਹਣੀ ਸਟੋਰੀ ਹੈ ਉਹ ਵੇਖ ਉਹ ਹੀਰੋ ਮੇਰੇ ਵਰਗਾ ਹੀ ਲੱਗਦਾ ਹੈ ਕੱਲ ਦਾ ਪਿੰਡ ਚ ਗੇੜਾ ਲੈਣੀ ਕੋ ਨਹੀਂ ਜਾਂਦਾ ਓ ਚੁੱਪ ਕਰ ਜੋ ਕਿਉਂ ਸਾਡੀ ਜੀਜੇ ਸਾਲੀ ਦੀ ਗੱਲਬਾਤ ਖਰਾਬ ਕੀਤੀ ਅਸੀਂ ਤਾਂ ਆਪ ਦੀ ਗੱਲ ਕਰਦੇ ਆ ਆਪਣੀ ਚੁੱਪ ਕਰਕੇ ਮੂਵੀ ਵੇਖ ਲਓ ਦੇਖਣ ਦੇ ਪਈਆਂ ਸਭ ਕੁਝ ਵਧੀਆ ਰਹਿ ਗਈ ਸੌਂਗੀ ਜਾ ਕੇ ਹਾਂ ਓ ਚੁੱਪ ਕਰ ਜੋ ਇਧਰ ਜੀਜੇ ਸਾਲੀ ਦੀ ਕੋਈ ਗੱਲ ਚੱਲ ਰਹੀ ਹੈ ਤੁਸੀਂ ਫੇਰ ਬਗਾਈ ਮਾਰੇ ਤਾਰੋ ਤੂੰ ਜਾ ਕੇ ਆਪਣਾ ਸਮਝਾ ਉਧਰ ਮੇਰੇ ਬੜੀ ਤਕਲੀਫ ਹੋ ਰਹੀ ਹੈ ਤੈਨੂੰ ਉਹ ਵੇਖ ਸਾਲੀ ਉਹ ਕਿੰਨਾ ਸੋਹਣਾ ਹੀਰੋ ਆਈ ਉਹਦੀ ਕੂਦੀ ਨਾਲ ਉਹਦਾ ਇਸ਼ਕ ਮੁਸ਼ਕ ਚੱਲ ਰਿਹਾ ਹੀ ਹਾਂ ਵੇਖ ਕਿੰਨੀ ਗੇੜ ਮੂਵੀ ਸ਼ਰਮ ਤੇ ਨਹੀਂ ਆਉਂਦੀ ਮੈਨੂੰ ਹਾਂ ਦੇਖ ਜਵਾਕੜੀ ਨੂੰ ਇਸ਼ਕ ਮੁਸ਼ਕ ਦੀਆਂ ਗੱਲਾਂ ਕਰਦਾ ਦੇਖ ਬੇਸ਼ਰਮ ਉਹ ਵੀਰ ਕੀ ਇਹ ਜੀਜੇ ਸਾਲੀ ਦੇ ਵਿੱਚ ਇੰਨਾ ਚੱਲਦਾ ਹੀ ਹੈ ਹਾਂ ਤੁਸੀਂ ਤਾਂ ਆਪਣੀ ਮਰੀ ਜਾਣੀ ਹੈ ਮੈਨੂੰ ਕੀ ਪਤਾ ਕਿ ਰਵੇ ਇਹ ਤੇ ਕੰਮ ਨੇ ਤੇ ਕੰਮ ਤੇ ਕਰਨਾ ਪਏਗਾ ਇਸ ਤੋਂ ਬਾਅਦ ਬੜਾ ਇਹਨਾਂ ਦੀ ਫਾਈਟ ਹੋਣੀ ਹੈ ਲੜਾਈ ਚੱਲਣੀ ਹੈ ਇਹਨਾਂ ਦੀ ਸੱਚੀ ਲੜਦੇ ਆ ਇਹ ਤੇ ਆਪ ਦੇ ਵਰਗੀਆਂ ਫਿਲਮਾਂ ਚੰਗੀਆਂ ਲੱਗਦੀਆਂ ਆਪ ਵੀ ਲੜਦਾ ਰਹਿੰਦਾ ਨਾ ਸਾਰਾ ਦਿਨ ਉਹ ਵੀ ਲੜਾਈ ਵਾਲੀਆਂ ਵਧੀਆ ਲੱਗਦੀਆਂ ਇਹ ਵੀਰੇ ਕਿੱਥੇ ਰਹਿ ਜੂਗੀ ਤੇ ਕੱਲ ਹੀ ਬਹਿਣ ਨੂੰ ਕਹੀ ਜਾਂਦੀ ਸੀ ਕਿ ਮੇਰਾ ਦਿਲ ਨਹੀਂ ਲੱਗਦਾ ਤੇ ਚੱਲ ਚਲੀਏ ਉਹ ਨਹੀਂ ਨਹੀਂ ਦਿਲ ਵਾਲੀ ਕੋਈ ਗੱਲ ਨਹੀਂ ਇਹਨੂੰ ਮੈਂ ਰੱਖਣਾ ਹੈ ਆਪਣੇ ਕੋਲ ਇਹਨੂੰ ਮੈਂ ਕੋਈ ਨਹੀਂ ਜਾਣ ਦੇਣਾ ਕੋਈ ਨਾ ਅਸੀਂ ਕਿਹੜਾ ਜਾਣ ਲੱਗੀਆਂ ਹਜੇ ਇੱਥੇ ਹੀ ਆ ਓਏ ਉੱਥੇ ਕੰਮ ਦਾ ਕੋਈ ਔਖਾ ਹੈ ਤੂੰ ਮਸ਼ੱਬੋ ਨੂੰ ਭੇਜ ਦੇਣਾ ਉਹ ਤੋਂ ਮੈਂ ਘਰ ਕੀ ਕਰਾਉਣਾ ਹੈ ਹਾਂ ਘਰ ਗਲੇਸ ਪਾਲੂਗਾ ਆਪਦੇ ਨਾਲ ਭੇਜ ਕੇ ਉੱਥੇ ਦੇਖ ਲੈ ਭੈਣ ਦੋ ਦਿਨ ਹੋ ਗਏ ਪਿੰਡ ਗਲੀ ਚ ਗੇੜਾ ਦੇਣ ਵੀ ਨਹੀਂ ਗਿਆ ਉਹ ਤੁਸੀਂ ਐਂ ਕਰੋ ਤੁਸੀਂ ਇੱਥੇ ਰਹੋ ਜੋ ਸ਼ੱਬੋ ਨੂੰ ਭੇਜ ਦਿਓ ਤੁਸੀਂ ਮੇਰੀ ਅਜੀ ਲੱਗਿਆ ਹੋਏ ਤੁਸੀਂ ਦੋਨੋਂ ਰਹੋ ਇੱਥੇ ਬੜਾ ਸਿਆਣਾ ਹੈ ਤੂੰ ਸਭ ਨੂੰ ਭੇਜ ਦੋ ਕਿਉਂ ਭੇਜ ਦੋ ਸਭ ਨੂੰ ਵਿਆਹੀ ਹੈ ਤੇਰੇ ਨਾਲ ਉਹ ਫਿਰ ਵਿਆਹੀ ਇੱਥੇ ਥੋੜਾ ਰਹਿਣਾ ਹੁਣ ਆਪਣੇ ਪਿੰਡ ਮਿਲ ਕੇ ਵੀ ਹੋਣਾ ਹੀ ਹਾਂ ਆਪਦਾ ਘਰ ਪੱਟ ਲੂਗਾ ਕਿਸੇ ਪਿੱਛੇ ਲੱਗ ਕੇ ਸਾਲੀ ਆਈ ਨਹੀਂ ਤੇ ਛੱਬੋ ਨੂੰ ਭੇਜ ਦੇ ਉਹ ਵੀਰ ਕੀ ਹੈ ਸਾਲੀ ਤੂੰ ਹੈ ਨਾ ਰੋਟੀ ਖਵਾਉਣ ਨੂੰ ਦੇ ਹਾਂ ਸਾਲੀ ਕੋਈ ਰੋਟੀ ਨਹੀਂ ਦਿੰਦਾ ਤੈਨੂੰ ਅਗਲੀਆਂ ਮਿਲਣ ਆਈਆਂ ਦੋ ਦਿਨ ਉਹ ਕੋਈ ਗੱਲ ਨਹੀਂ ਮੇਰੇ ਕੋਲ ਦੋ ਸਾਲੀਆਂ ਹੈ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਬਸ ਇਹਦੇ ਤੇ ਦਿਮਾਗ ਹੀ ਨਹੀਂ ਕੰਮ ਕਰਦਾ ਮੇਰੇ ਨਾਲ ਤੇ ਇੱਟ ਕੁੱਤੇ ਵਾਲਾ ਵਹਿ ਰਿਹਾ ਚੱਲ ਕੋਈ ਨਾ ਮੈਂ ਕਿਹੜਾ ਗੁੱਸਾ ਕਰਦੀ ਤਾਰੋ ਐਵੇਂ ਨਾ ਬੋਲੀ ਜਾ
मेरी तो ढूई दर्द करन लग गई, मैं तो बैठी बैठी हार गई। मुंडे रज्जू मैं उधर जाया मैं कल रोटी भी नहीं देनी गुस्से बोलो ना फिल्म नहीं देखने दी तमें गुस्से कहते तू बजाती ना बैठी बैठी बजाती हूं बैठी तो मैं गल थोड़े भी मटियार है कुड़ी भी आप भी हसी मजाक कर जीजे साड़ी ने तो करनी है बनी है ਤੁਸੀਂ ਚਲੇ ਜਾਣਾ ਤੇ ਫਿਰ ਮੈਂ ਕਿਹੜੀਆਂ ਸਾਲੀਆਂ ਨਾਲ ਡਿੱਜਣਾ ਕਰਨੀਆਂ ਸੀ ਹਾਂ ਦੋ ਦਿਨ ਆਈਆਂ ਮੈਂ ਤੁਹਾਡੇ ਨਾਲ ਜ਼ਗੇੜ ਲਵਾਂ ਵੇ ਗੱਡੀ ਵਿੱਚ ਵੱਜੂਗੀ ਕਾ ਤੂੰ ਗੱਡੀ ਰੋਕਦੀਆਂ ਓਏ ਪਤਾ ਨਹੀਂ ਕੀ ਕਰ ਰਿਹਾ ਕੁੜੀ ਗੋਲੇ ਖੜ ਰਹੀ ਹੈ ਮੁੰਡੇ ਨੂੰ ਗੁੱਟ ਰਿਆ ਨਹੀਂ ਕੁੜੀ ਨੂੰ ਵੀ ਨਾਲ ਲੱਗ ਜਾਵੇ ਖੜੀ ਕੀ ਕਰਦੀ ਹੈ ਤੇ ਗੱਡੀ ਕੀ ਕਰਦੀ ਹੈ ਵੀ ਤੂੰ ਉਹ ਡੰਡਾ ਮਾਰ ਦਿੱਤੇ ਜਾ ਕੇ ਉਹ ਇਕੱਲੇ ਹੀ ਵਿਚਾਰਾ ਬੰਦ ਲੈ ਫਿਰਦਾ ਦੇਖਾਂ ਫੇਰ ਲੈ ਦੂਰ ਖੜੀ ਮਾਰ ਮਾਰ ਕਰਦੀ ਹੈ ਰੋੜਾ ਮਾਰੇ ਰੋੜਾ ਉਹ ਵੇਖਿਆ ਮਦਰ ਤਾਰੂ ਨੂੰ ਹਾਂ ਦੇਖਿਆ ਕਿਵੇਂ ਚੰਗੀ ਲੱਗੀ ਫਿਲਮ ਤੈਨੂੰ फिल्म ते देखन बैठी सी बैठन ते दिता नहीं बुझाता मेनू गल्लां कर कर उधर सालियां नाल गल्लां भी ते करनियां सी जा तू जाके सालियां नाल ही गल्लां कर ले इत्थे हुण की करना है ओए सालियां नाल मैं केड़ा कोई मखौल करना है मेरे कोल हैगी है ओ शब्बो फुल जड़ी मेरी मैं ते तेरे कम दी गल करना है कोई रिश्ते दी गल करनी सी तैनू ते मेरे रिश्ते दी लगी रहंदी है ब्याह करके मेनू घरों बजा दे तू ओ घरों क्यों बजा दे ले हुण तारो गल्लां क्यों जी करदी है ब्याह ते तेरा घर नहीं है भरा तेरा तो भी दुश्मन थोड़ा गल्लां ते दुश्मन तो भी ज्यादा करदा है ਵਿਆਹ ਕਰਨੇ ਤੇ ਕਰਦੇ ਮੈਂ ਕਿਹੜੇ ਮਨਾ ਕੀਤਾ ਉਹ ਫਿਰ ਮਨਾ ਨਹੀਂ ਕੀਤਾ ਫਿਰ ਉਹਨਾਂ ਨਾਲ ਹੁਣ ਰਿਸ਼ਤੇ ਦੀ ਗੱਲ ਹੀ ਕਰਦਾ ਜੇ ਕੋਈ ਮੁੰਡਾ ਵਧੀਆ ਹੋਵੇ ਤੇ ਤੇਰਾ ਕਰ ਦਾਂਗੇ ਪਿਆ ਹਾਂ ਇਹ ਮੈਂ ਹੱਥ ਜੋੜਦੀ ਆ ਤੂੰ ਕਰ ਲੈ ਜਿਹੜੀ ਗੱਲ ਕਰਨੀ ਆ ਮੇਰਾ ਦਿਮਾਗ ਨਾ ਖਾ ਸੌਣ ਦੇ ਮੈਨੂੰ ਸਿਰ ਫਟਣ ਲਾ ਦਿੱਤਾ ਮੇਰਾ ਤੂੰ ਸੱਚੀ ਹੁਣ ਬੀੜੀ ਦੁਬਾਰਾ ਪੀਣੀ ਪੀਣੀ ਉੱਤੇ ਸਾਲੀ ਤੇ ਮੇਰੇ ਕੋਲ ਨਾ ਬੀੜੀਆਂ ਬੁੜੀਆਂ ਫੁੱਕ ਕੇ ਬਹਿ ਕੇ ਜਾ ਉੱਧਰ ਜਾ ਕੇ ਪੀ ਲੈ ਆਪਣੀ ਉੱਧਰ ਜਾ ਕੇ ਪੀ ਲਾਂ ਕੋਈ ਗੱਲ ਨਹੀਂ ਉਹ ਮੇਰੇ ਸਾਲੀ ਕੋਲੇ ਪੀ ਲੂੰਗਾ ਤੂੰ ਬਹਿ ਜਾ ਕੇ ਹੁਣ ਸਾਲੀ ਕੋਲੇ ਪੀ ਲੂਗਾ ਹਾਂ ਬਹਿ ਜਾ ਆਪਣਾ ਇਹ ਮੈਂ ਦਿਮਾਗ ਦੀ ਦਹੀਂ ਕੀਤੀ ਹੋਈ ਐ ਨੇ ਮੇਰੇ ਸਿਰ ਫਟਣ ਲਾ ਦਿੱਤਾ ਐ ਮੇਰਾ ਨਾ ਸੌਵੇ ਨਾ ਸੌਣ ਦੇਵੇ ਸਾਰਾ ਦਿਨ ਕੁੱਤੇ ਬਕਾਈ ਲੱਗੀ ਐ ਇਹਨੂੰ ਸੋਹਣੀ ਲੱਗੀ ਜਾਂਦੀ ਐ ਮੈਨੂੰ ਤਾਂ ਓ ਮੇਰੀ ਤਾਂ ਸਾਰੀ ਸਟੋਰੀ ਹੋਈ ਖਰਾਬ ਕਰ ਦਿੱਤੀ ਉਹਨਾਂ ਨੇ ਤਾਰੋਂ ਨੇ ਦਿਮਾਗ ਖਰਾਬ ਕਰ ਦਿੱਤਾ ਜੋ ਵੀ ਦਿਮਾਗ ਦੇ ਵਿੱਚ ਸੀ ਕੀ ਚੱਲ ਰਿਹਾ ਇਧਰ ਸਾਰਾ ਕੁਝ ਨਿਕਲ ਗਿਆ ਚੱਲ ਕੋਈ ਗੱਲ ਨਹੀਂ ਤੂੰ ਫੇਰੀ ਤੋਂ ਲਾਲਾ ਤੈਨੂੰ ਤਾਂ ਲਾਉਣੀ ਆਉਂਦੀ ਆ ਹਾਂ ਫੇਰ ਤਾਂ ਇਹੀ ਵੇਖੀ ਜਾਣੀ ਐ ਮੇਰੇ ਤੋਂ ਐਂ ਦੱਸੋ ਹੁਣ ਤੁਸੀਂ ਸੋਹਣਾ ਕਿੱਥੇ ਇਧਰ ਸੋਹਣਾ ਕਿ ਉਧਰ ਸੋਹਣਾ ਸ਼ੱਬੂ ਕੋਲ ਅਸੀਂ ਤਾਂ ਇੱਥੇ ਸੌ ਜਾਣਾ ਬਸ ਇਹਨੂੰ ਬੰਦ ਕਰ ਜੀ ਖੜ ਕੇ ਜੀ ਇਹ ਤਾਂ ਕਰ ਦਨੇ ਫਿਰ ਮੈਂ ਵੀ ਇੱਥੇ ਬਹਿ ਜਾਣਾ ਕੋਈ ਗੱਲ ਨਹੀਂ ਤੂੰ ਉਧਰ ਹੀ ਵਗ ਜਾ ਫਿਰ ਸਭੋਂ ਨੇ ਬੋਲਣਾ ਹੈਗਾ ਓ ਨਹੀਂ ਕੋਈ ਗੱਲ ਨਹੀਂ ਸਾਲੀ ਆਪਾਂ ਗੱਲਾਂ ਬਾਤਾਂ ਕਰਾਂਗੇ ਗੁਰੂ ਆਦ ਨੂੰ ਚੱਲ ਸੋਟੀਏ ਪੈ ਜਾ ਫਿਰ ਉੱਥੇ ਹਾਂ ਉੱਥੇ ਬਹਿ ਜਾ ਤੂੰ ਰੋਜੋ ਹੋਰ ਕੀ ਆ ਤੂੰ ਅਸਰਾਣਾ ਲੈਣਾ ਹੀ ਆ ਇਹ ਸਰਾਣਾ ਕੋਈ ਨਹੀਂ ਸਰਾਣਾ ਤਾਂ ਤੇਰੇ ਵਾਸਤੇ ਲੈ ਕੇ ਆਇਆ ਹੈ ਦੇਖ ਤਿੰਨ ਫੁੱਟ ਦਾ ਤਾਂ ਸਰਾਣਾ ਹੀ ਹੈ ਤੇਰੇ ਕੋਲ ਜੇ ਜੀ ਕੋਈ ਬਾਤ ਸੁਣਾਤੀ ਸਟੋਰੀ ਹੋਏ ਜੀ ਆ ਸੋਹਣੀ ਦਿਖਾਤੀ ਫਿਲਮ ਮੈਨੂੰ ਚੰਗੀ ਲੱਗੀ ਇਹ ਤੇ ਹੈ ਕੋਈ ਗੱਲ ਹੁਣ ਪੈ ਜਾ ਸਾਲੀਏ ਗੱਲਾਂ ਕਰਦੇ ਆ ਕੱਲ ਨੂੰ ਫੇਰ ਲਾ ਦੀ ਹਾਂ ਕੋਈ ਤਾਰੋਂ ਦੇ ਵਿਆਹ ਦੀ ਗੱਲਾਂ ਦਾ ਫੇਰ ਕਰਾਂਗੇ ਤੂੰ ਹੋਰ ਸੁਣਾ ਕੋਈ ਨਵੀਂ ਦਾ ਜੀ ਹੁਣ ਰਹੇਗੀ ਨਾ ਥੋੜੇ ਦਿਨ ਦੇ ਮੇਰੇ ਕੋਲ ਹਾਂ ਰਹੂੰਗੀ ਜੇ ਰੱਖ ਲੇਗਾ ਤਾਂ ਰਹੂੰਗੀ ਦੇਖ ਜੇ ਤਾਂ ਸਭ ਗੁੱਸਾ ਕਰੂਗੀ ਨਾ ਫੇਰ ਕੋਈ ਮੈਂ ਰਹਿੰਦੀ ਨਹੀਂ ਫੇਰ ਤਾਂ ਮੈਂ ਤੜਕੀ ਵਗ ਜਾਣਾ ਉੱਠ ਕੇ ਬੋ ਸ਼ੱਬੋ ਦਾ ਕੀ ਉਹ ਤਾਂ ਥੋੜਾ ਟਾਈਮ ਬੋਲਦੀ ਫਿਰ ਬਾਅਦ ਦੇ ਵਿੱਚ ਹੋਏ ਜੀ ਹੋ ਜਾਣਾ ਤੂੰ ਕੋਈ ਗੱਲ ਨਹੀਂ ਕਿਤੇ ਜੀ ਹੋ ਜਾਣ ਮੈਨੂੰ ਉਹਦੇ ਸੁਭਾਅ ਦੀ ਤਾਂ ਚੰਗੀ ਆ ਮੈਨੂੰ ਪਤਾ ਹੀ ਉਹਦਾ ਸੁਭਾਅ ਥੋੜਾ ਗੁੱਸਾ ਕਰਦੀ ਫੇਰ ਬਹਿਣ ਬਹਿਣ ਹੋਏ ਜੀ ਹੋ ਜਾਂਦੀ ਇਹ ਲੋ ਕੋਈ ਗੱਲ ਨਹੀਂ ਤੂੰ ਉਹਨੂੰ ਬੜਿਆ ਲਿਆ ਕਰ
ਤੈਨੂੰ ਵੀ ਬੜਿਆਉਣੀ ਕੋਈ ਨਹੀਂ ਆਉਂਦੀ ਬੜਿਆਉਣੀ ਹੁਣ ਮੈਂ ਕੀ ਕਰਾਂ ਮੈਂ ਤਾਂ ਕੋਈ ਅੱਖੇ ਨਹੀਂ ਲੱਗਦੀ ਉਹ ਗੱਲ ਕੋਈ ਨਹੀਂ ਸੁਣਦੀ ਮੇਰੀ ਹਾਂ ਕੁਝ ਵੀ ਨਹੀਂ ਮੰਨਦੀ ਮੇਰੀ ਗੱਲ ਮੈਂ ਸਮਝਾਇਆ ਉਹਨੂੰ ਕੀ ਹੀ ਤੂੰ ਹਾਂ ਮੈਂ ਕਿ ਜਦੋਂ ਦੀ ਬੰਦੇ ਦੇ ਨਹੀਂ ਅੱਖੇ ਲੱਗਦੀ ਸਾਡੇ ਕੀ ਸਵਾਲ ਲੱਗੇਗੀ ਹਾਂ ਕੋਈ ਗੱਲ ਚਲ ਸਮਝ ਜਾ ਫਿਰ ਤੂੰ ਸਾਲੀ ਕੋਈ ਹਾਂ ਬਸ ਸਵਾਲ ਲੱਗੇ ਅੱਖ ਮੀਚੀ ਰਾਤ ਘੜੀ ਸੀ ਹਾਂ ਚਲ ਕੋਈ ਗੱਲ ਨਹੀਂ ਸਮਝ ਜਾ ਬੰਦ ਕਰਦਾ ਫਿਰ ਕਰ ਦੇ ਬੰਦ ਐਵੇਂ ਸਿਰ ਦੁਖਣ ਲੱਗ ਗਿਆ ਸਭੋ ਭਾਬੀ ਮੈਨੂੰ ਤਾਂ ਫਿਕਰ ਲੱਗਿਆ ਰਹਿੰਦਾ ਬਿੱਲੇ ਵੀਰ ਦਾ ਸਵਾਨ ਬੜਾ ਹੀ ਗੰਦਾ ਅਤੇ ਸਰਦਾਰ ਤਾਂ ਇੱਥੋਂ ਡੇਲੀ ਗੇੜਾ ਮਾਰਦਾ ਹੈ ਅਤੇ ਜੇ ਸਰਦਾਰ ਹੁਣ ਵੀ ਆ ਗਿਆ ਨਾ ਮੈਨੂੰ ਤਾਂ ਡਰ ਲੱਗਦਾ ਜੇ ਬਿੱਲਾ ਵੀਰ ਆ ਗਿਆ ਤਾਂ ਤੈਨੂੰ ਵੀ ਉਹਨੇ ਵਿੱਚ ਕੁੱਟ ਸੁੱਟਣਾ ਵੀਰ ਦਾ ਪਤਾ ਹੀ ਆ ਤੈਨੂੰ ਕਿੰਨਾ ਬੋਲਦੇ ਆ ਫਿਰ ਉਹਨੇ ਮੈਨੂੰ ਵੀ ਬੋਲਣਾ ਹੈ ਚੱਲ ਭਾਬੀ ਛੇਤੀ ਛੇਤੀ ਕਰ ਤਾਰੋ ਸਰਦਾਰ ਜੀ ਮੈਂ ਤਾਂ ਪਹਿਲੀ ਸੋਚੀ ਜਾਂਦੀ ਸੀ ਮੈਂ ਕਿਹਾ ਉਹਦਾ ਗੇੜਾ ਹੁੰਦਾ ਮੈਂ ਸਭ ਬਾਬੀ ਨੂੰ ਦੱਸ ਕੇ ਹਟੀ ਹਾਂ ਸਰਦਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਆਪਾਂ ਲੋਕਾਂ ਦਾ ਕੀ ਮਾੜਾ ਕੀਤਾ ਲੋਕ ਆਪਣੇ ਪਿਆਰ ਦੇ ਵੈਰੀ ਕਿਉਂ ਬਣੇ ਨੇ ਪਤਾ ਨਹੀਂ ਤਾਰੋ ਇਹ ਦੁਨੀਆ ਸ਼ੁਰੂ ਤੋਂ ਹੀ ਪਿਆਰ ਦੀ ਦੁਸ਼ਮਣ ਰਹੀ ਹੈ ਤਾਰੋ ਇਹ ਦੁਨੀਆ ਕੁਛ ਵੀ ਕਵੇ ਕੁਛ ਵੀ ਕਰੇ ਪਰ ਤੈਨੂੰ ਮੇਰੇ ਤੋਂ ਕੋਈ ਵੱਖ ਨਹੀਂ ਕਰ ਸਕਦਾ ਤੈਨੂੰ ਇਹਦੇ ਬਰਾ ਦਾ ਨਹੀਂ ਪਤਾ ਜੇ ਉਹਨੇ ਤੈਨੂੰ ਸਾਡੇ ਨਾਲ ਦੇਖ ਲਿਆ ਨਾ ਉਹਨੇ ਡੱਕਰੇ ਕਰ ਦੇਣੇ ਆ ਸਾਡੇ ਦੋਨਾਂ ਦੇ ਸਭੋ ਕੋਈ ਗੱਲ ਨਹੀਂ ਜਦੋਂ ਪਿਆਰ ਹੀ ਰੂਹਾਂ ਦਾ ਹੋ ਗਿਆ ਫਿਰ ਆਪਾਂ ਨੂੰ ਕਿਸੇ ਤੋਂ ਕੀ ਡਰ ਸਰਦਾਰ ਕੌਣ ਖੜਾਈ ਇਹ ਤੇ ਉਹੀ ਸਰਦਾਰ ਹੀ ਇਹ ਨਹੀਂ ਆਪਣੀ ਹਰਕਤ ਦਬਾ ਜਾਂਦੇ ਮੈਨੂੰ ਲੱਗਦਾ ਲੱਤ ਵੱਢਣੀ ਪੈਣੀ ਦੱਸਦੇ ਰੁਕ ਜਾ ਓਏ ਤੈਨੂੰ ਕੀ ਕਿਹਾ ਸੀਗਾ ਇਹਨੂੰ ਸਮਝਾਉਣ ਨੂੰ ਕਹਿੰਦੇ ਤੂੰ ਇਹਨੂੰ ਆਪ ਹੀ ਅੱਛੇ ਲਈ ਖੜੀ ਹੈ ਹਾਂ ਚੁੱਪ ਕਰ ਕਬੀਲੇ ਚਲੇ ਜਾਓ ਤਾਰੋ ਓਏ ਰੁਕ ਜਾ ਓਏ ਤੈਨੂੰ ਬੜੀ ਆਸ਼ਕੀ ਜਿਹੜੀ ਅੱਜ ਤੇਰੀ ਮੈਂ ਆਸ਼ਕੀ ਕੱਢਦਾ ਹੀ ਹਾਂ ਦੱਸ ਇੱਥੇ ਲੈਣ ਕੀ ਆਈ ਹੋਈ ਆਸ਼ਕੀ ਤੇਰੀ ਚੱਲ ਨਹੀਂ ਬੋਲ ਹੁਣ ਦੱਸ ਕੁਛ ਕਿਉਂ ਨੀ ਹੋਇਆ ਸਰਦਾਰਾ ਮੇਰੀ ਬਹਿਣ ਨੂੰ ਛੇੜਦਾ ਇੱਜ਼ਤ ਨੂੰ ਹੱਥ ਪਾਉਂਦਾ ਸਾਡੀ ਨੂੰ ਕਬੀਲੇ ਚ ਆਇਆ ਤੇ ਬਾਅਦ ਤੇਰੀ ਲੱਤ ਵੱਢ ਦੇਣੀ ਮੈਂ ਉਹ ਚੱਲ ਭਾਈ ਜਵਾਨਾ ਮੈਨੂੰ ਮਾਫ਼ ਕਰ ਮੈਂ ਇਹਦੇ ਬੰਨੀ ਮਾਫ਼ੀ ਮੰਗ ਲੈਣਾ ਮਾੜੀ ਮੋਟੀ ਚੱਲ ਇਹਨੂੰ ਤਾਰ ਨੂੰ ਤੇ ਮੈਂ ਦੱਸਦਾ ਜਾ ਕੇ ਹਾਏ ਹਾਏ ਕੀ ਹੋ ਗਿਆ ਪੁੱਤ ਆ ਦੇਖ ਲੈ ਤੇਰੇ ਲਾੜਲੇ ਨੇ ਕੀ ਕਰਤੂਤ ਕੀਤੀ ਆ ਬੇ ਕੀ ਕਰਤੂਤ ਕਰਤੀ ਉੱਥੇ ਗੱਡੀਆਂ ਇਹਨਾਂ ਖੇ ਖਾਂਦਾ ਫਿਰਦਾਗਾ ਤੂੰ ਮੈਂ ਮਾਰ ਦੂੰਗੀ ਤੈਨੂੰ ਹੈ ਮੇਰੀ ਬੇ ਕਰ ਕੀ ਦਿੱਤਾ ਮੈਨੂੰ ਦੱਸ ਤਾ ਦੇ ਬੇਬੇ ਉਹਨਾਂ ਨੇ ਮੇਰੀ ਤਾਰੋ ਤੇ ਹੱਥ ਚੱਕਿਆ ਜੇ ਮੇਰੀ ਤਾਰੋ ਵਾਲਾ ਕਿਸੇ ਨੇ ਉਂਗਲ ਵੀ ਚੱਕੀ ਨਾ ਕੋਈ ਅੱਖ ਚੱਕ ਕੇ ਵੇਖਿਆ ਕਿਸੇ ਨੇ ਤਾਂ ਮੈਂ ਉਹਦੀ ਜਾਨ ਕੱਢ ਲੂੰਗਾ ਜਾਨ ਕੱਢੇਗਾ ਤੂੰ ਮੈਥੋਂ ਹੋਰ ਨਾ ਕੁਝ ਕਰਾ ਲਈ ਸਾਰੇ ਪਿੰਡ ਤੇ ਮੇਰੀ ਇੰਨੀ ਇੱਜ਼ਤ ਸੀ ਤੂੰ ਥੂ ਥੂ ਕਰਾਤੀ ਮੇਰੀ ਸਾਰੇ ਬੇ ਤੂੰ ਐਂ ਕਿਉਂ ਕਰਦਾ ਤੈਨੂੰ ਪਤਾ ਨੀਗਾ ਤੇਰੇ ਪਿਓ ਦੀ ਇੱਜ਼ਤ ਨਹੀਂ ਹੈਗੀ ਤਾਂ ਜਮਾ ਸ਼ਰਮ ਲਾਤੀ ਮਾਰੀ ਮੋਟੀ ਸੋਚਦਾ ਜਿੱਤ ਬਣੀ ਤਾਂ ਉਹ ਸਾਰਾ ਪਿੰਡ ਮੇਰੀ ਹਮੀ ਭਰਦਾ ਸੀਗਾ ਸਾਰੇ ਪਿੰਡ 'ਚ ਮੈਨੂੰ ਖੜਨ ਬੈਠਣ ਨੂੰ ਕਰਨੀ ਛੱਡਿਆ ਤੂੰ ਮੈਨੂੰ ਬੇ ਭੋਰਾ ਸ਼ਰਮ ਤਾਂ ਕਰ ਲੈਂਦਾ ਤੇਰੇ ਪਿਓ ਦੀ ਇੱਜ਼ਤ ਆ ਸਰਪੰਚ ਆ ਪਿੰਡ ਦਾ ਉਹ ਕਿਹਨੂੰ ਪੁੱਛੇਗਾ ਇਸ ਕਬੀਲੇ 'ਚ ਤੂੰ ਤੈਨੂੰ ਲੋੜ ਕੀ ਪਈ ਸੀ ਉੱਥੇ ਜਾਣ ਦੀ ਮੈਂ ਬਾਪੂ ਤਾਰੋ ਨੂੰ ਪਿਆਰ ਕਰਦਾ ਉਹਦਾ ਕਰਕੇ ਗਿਆ ਸੀ ਉੱਥੇ ਮੈਂ ਤਾਂ ਅੱਗੇ ਵੀ ਗਿਆ ਪਹਿਲਾਂ ਕਿਹੜਾ ਗਿਆ ਨਹੀਂ ਕਦੇ ਮੈਂ ਓਏ ਹਾਕ ਹੁੰਦੇ ਮੁੰਡੇ ਨੂੰ ਮੈਂ ਭਰੀ ਪੰਚਾਇਤ 'ਚ ਬਾਹਰ ਕੱਢ ਕੇ ਆਇਆ ਸੀ ਨਾਲੇ ਜੁਰਮਾਨਾ ਲਾਇਆ ਸੀ ਤੇ ਹੁਣ ਜਿਹੜਾ ਤੂੰ ਚੰਦ ਚੜਾਇਆ ਨਾ ਮੈਨੂੰ ਸਾਰੇ ਬੈਠਣ ਚੁੱਕਣਾ ਛੱਡਿਆ ਤੂੰ ਕਿਤੇ
ਤੇ ਹੁਣ ਤੇਰੇ ਨਾਲ ਵੀ ਮੈਨੂੰ ਉਹੀ ਕਰਨੀ ਪਊ ਜਿਹੜੀ ਮੈਂ ਹਾਕਮ ਦੇ ਮੁੰਡੇ ਨਾਲ ਕਰੀ ਸੀ। ਚਲੋ ਛੱਡੋ ਜੀ, ਆਪਣਾ ਮੁੰਡਾਗਾ ਗਲਤੀ ਤਾਂ ਹੋ ਹੀ ਜਾਂਦੀ ਹੈਗੀ। ਓਏ ਹਾਕਮ ਦੇ ਮੁੰਡੇ ਨੇ ਮੈਂ ਇਨਸਾਫ ਕੀਤਾ ਸੀਗਾ, ਹੁਣ ਤੇਰੇ ਨਾਲ ਵੀ ਇਨਸਾਫ ਹੋਊਗਾ। ਸਰਪੰਚ ਆ ਪਿੰਡ ਦਾ, ਮੈਂ ਇਨਸਾਫ ਇੱਕੋ ਹੋਊ ਸਾਰਿਆਂ ਨਾਲ। ਮੇਰੀ ਗੱਲ ਸੁਣੋ ਜੀ, ਹੁਣ ਇਹਨੂੰ ਘਰੋਂ ਬਾਹਰ ਕੱਢੋਗੇ? ਫਿਰ ਜਾ ਮੈਂ ਮਰ ਜਾਣਾ ਜਾਂ ਇਹ ਰੱਖ ਲੈ ਫਿਰ ਉਹਨੂੰ। ਬੇ ਪੁੱਤ ਤੂੰ ਉਹਨਾਂ ਦਾ ਖਹਿੜਾ ਛੱਡ ਦੇ। ਮੇਰਾ ਪਹਿਲਾ ਤੇ ਆਖਰੀ ਫੈਸਲਾ ਇਹੀ ਹੈ ਬੇਬੇ, ਮੈਂ ਤਾਰੋ ਨੂੰ ਨਹੀਂ ਛੱਡ ਸਕਦਾ, ਮੈਂ ਉਸੇ ਨਾਲ ਹੀ ਵਿਆਹ ਕਰਾਉਣਾ। ਫਿਰ ਮੇਰੀ ਤਾਂ ਹੁਣ ਤੈਨੂੰ ਕੋਈ ਲੋੜ ਨਹੀਂ, ਮੇਰੀ ਤਾਂ ਰੇਹ ਜਾਂ ਕਾਫੀ ਤੂੰ ਪਿੰਡ 'ਚ, ਮੇਰੇ ਕੋਲ ਤਾਂ ਇੱਕੋ ਹਾਲੀ ਬਸ। ਫਿਰ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣੇ ਹੁਣੇ ਤੁਸੀਂ ਆਪਣੀ ਵੀਡੀਓ ਦੇਖੀ ਆ, ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਜਿਹੜੇ ਆਪਣੇ ਚੈਨਲ ਦੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਰੱਖਿਆ ਕਰੋ। ਬਾਕੀ ਕਈ ਵੀਰਾਂ ਦੀ ਕਹਾਣੀ ਨਹੀਂ ਸਮਝ ਦੇ ਵਿੱਚ ਆ ਰਹੀ ਹੋ ਰਹੀ ਵੀ ਇਹ ਕੀ ਚੱਲ ਰਿਹਾ ਨਾ, ਅਤੇ ਸਾਡੀ ਬਈ ਨਵੀਂ ਜੀ ਕੋਸ਼ਿਸ਼ ਆ, ਅਤੇ ਸਾਡਾ ਕਿਸੇ ਵੀ ਕੋਈ ਜਾਤ ਧਰਮ ਨਾਲ ਜਾਂ ਕਿਸੇ ਨੂੰ ਵੀ ਠੇਸ ਪਹੁੰਚਾਉਣ ਦਾ ਕੋਈ ਵੀ ਮਹੱਤਵ ਇਹੋ ਜਿਹਾ ਕੁਛ ਵੀ ਨਹੀਂ ਆ। ਪਰ ਜੇ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਸਭ ਤੋਂ ਕੋਈ ਗਲਤੀ ਹੁੰਦੀ ਆ ਤਾਂ ਅਸੀਂ ਖੀਮਾ ਦੇ ਜਾਜਕਾਂ, ਅਤੇ ਨੈਕਸਟ ਪਾਰਟ ਦੇਖਣ ਲਈ ਤੁਸੀਂ ਨੀਚੇ ਕਮੈਂਟ ਜ਼ਰੂਰ ਕਰਕੇ ਦੱਸਿਓ, ਅਤੇ ਕਿਸ ਦੀ ਐਕਟਿੰਗ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਨੇ ਉਹ ਵੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਜੀ। ਧੰਨਵਾਦ ਤੁਹਾਡਾ ਸਾਰਿਆਂ ਦਾ।